ਆਗੂ ਸਾਹਿਬਾਨ, ਵੀਰੋ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀਆਂ ਗੱਲਾਂ ਲਗਭਗ ਹੋ ਚੁੱਕੀਆਂ ਨੇ ਓਵਰਆਲ। ਇਹ ਠੀਕ ਹੈ ਕਿ ਗੱਲ ਕਿਤੋਂ ਵੀ ਸ਼ੁਰੂ ਕਰੋ, ਉਹ ਸਾਰੀ ਲੜੀ ਇੱਕ ਦੂਜੇ ਨਾਲ ਜੁੜ ਜਾਂਦੀ ਹੈ। ਉੱਪਰੋਂ ਲਿਆਓ ਤਾਂ ਵੀ ਨੀਚੇ ਲਿਆਉਣੀ ਪੈਂਦੀ ਹੈ, ਨੀਚੋਂ ਸ਼ੁਰੂ ਕਰੋ ਤਾਂ ਉੱਪਰ ਨੂੰ ਜਾਂਦੀ ਹੈ ਗੱਲ, ਜਿੱਥੇ ਮਰਜ਼ੀ ਲੈ ਜਾਓ। ਵੈਸੇ ਤਾਂ ਦੁਨੀਆ ਹੀ ਅੱਜ ਕੱਲ੍ਹ, ਇੱਕ ਰਿਪੋਰਟ ਆਈ ਸੀ 2023 ਦੀ, ਬੀ ਟਾਈਮ ਦੀ ਰਿਪੋਰਟ ਇੱਕ ਸੀ, ਉਹ ਕਹਿੰਦੇ ਵੀ 72% ਲੋਕ ਹੁਣ ਤਾਂ ਨਸ਼ਾ ਰੂਪ ਦੇ ਅਧੀਨ ਆ ਗਏ ਨੇ, ਜਿਹੜੀ ਕਿ ਉਦੋਂ 10 ਸਾਲ ਪਹਿਲਾਂ 46% ਲੋਕ ਸੀਗੇ। ਦੁਨੀਆ ਤਾਨਾਸ਼ਾ ਰੂਲ ਦੇ ਵੱਲ ਵੱਧ ਰਹੀ ਹੈ ਇੱਕ ਲੈਵਲ 'ਤੇ, ਤਾਂ ਜਿਹੜਾ ਸੱਤਾ ਦਾ ਸੈਟਅਪ ਹੈ ਉਹ ਇਕੱਲਾ ਤਾਨਾਸ਼ਾ ਰੂਲ ਵੱਲ ਨਹੀਂ ਵੱਧ ਰਹੀ, ਉਹ ਆਰਥਿਕ ਏਕਾਧਿਕਾਰ ਵੱਲ ਵੱਧ ਰਹੀ ਹੈ ਪਹਿਲਾਂ, ਤਾਂ ਹੀ ਪੋਲੀਟੀਕਲ ਤਾਨਾਸ਼ਾ ਰੂਲ ਵੱਲ ਵੱਧ ਰਹੀ ਹੈ, ਕਿਉਂਕਿ ਬੇਰੁਜ਼ਗਾਰੀ ਦਾ ਬਹੁਤ ਵੱਡਾ ਆਲਮ ਦੁਨੀਆ ਦੇ ਵਿੱਚ ਫੈਲ ਰਿਹਾ। ਔਰ ਜਿਹੜੇ ਲੋਕ ਸਾਡੇ ਵੀ ਬਹੁਤ ਸਾਰੇ ਪੰਜਾਬ ਤੋਂ ਬੱਚੇ ਕਨੇਡਾ ਕਨੂਡਾ ਇੱਧਰ ਉੱਧਰ ਜਾਂਦੇ ਨੇ, ਉਹਨਾਂ ਨੂੰ ਵੀ ਹੁਣ ਤੱਕ ਘਰਾਂ ਤੱਕ ਪਤਾ ਲੱਗ ਗਿਆ ਸਭ ਨੂੰ ਕਿ ਮਾਮਲਾ ਗੜਬੜ ਹੈ। ਉਹ ਰੁਜ਼ਗਾਰ ਦੇ ਸਾਧਨ, ਉਹ ਜਿਹਾ ਸਿਸਟਮ ਕਿਤੇ ਨਹੀਂ ਰਿਹਾ ਜਿਹੜਾ ਪਹਿਲਾਂ ਲੱਗਦਾ ਸੀ, ਜਿੱਥੇ ਜਾ ਕੇ ਡਾਲਰ ਚੱਕ ਲੈਣਾ ਪਤਾ ਨਹੀਂ ਤਾਂ ਬਹੁਤ ਸੌਖਾ ਕੰਮ ਹੁੰਦਾ। ਇਸ ਲਈ ਉਹ ਸਾਰੇ ਕੰਮ ਦੇ ਵਿੱਚ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਜਿੱਥੇ ਕਿਤੇ ਇੱਕ ਨੈਰੇਟਿਵ ਬਣ ਜਾਂਦਾ ਨਾ ਕਿ ਫਲਾਨੀ ਦੁਨੀਆ ਬਿਹਤਰ ਹੈ, ਫਲਾਨੀ ਚੀਜ਼ ਚੰਗੀ ਹੈ, ਉੱਧਰ ਨੂੰ ਇੱਕ ਦੌੜ ਲੱਗ ਜਾਂਦੀ ਹੈ। ਫਿਰ ਦੌੜ ਕਈ ਵਾਰ ਭੀੜ ਖੜ ਕੇ ਨਹੀਂ ਸੋਚਦੀ ਹੁੰਦੀ, ਜਦੋਂ ਦੌੜਿਆ ਜਾਂਦਾ ਮਨੁੱਖ ਹੈ ਉਹ ਖੜ ਕੇ ਨਹੀਂ ਸੋਚਦਾ ਉੱਨੀ ਦੇਰ, ਜਿੰਨੀ ਦੇਰ ਉਸ ਤੋਂ ਜਾਂ ਤਾਂ ਸਾਹ ਰੁਕ ਜੇ ਪੂਰੀ ਤਰ੍ਹਾਂ, ਜਾਂ ਕੋਈ ਹੋਰ ਵੱਡੀ ਅੜਚਣ ਆ ਜੇ। ਤਾਂ ਅਸੀਂ ਆਪੋ ਆਪਣੇ ਤਰੀਕਿਆਂ ਦੇ ਨਾਲ ਚੀਜ਼ਾਂ ਨੂੰ ਦੇਖਿਆ, ਚੀਜ਼ਾਂ ਨੂੰ ਸਮਝਿਆ, ਅਤੇ ਉਹਦੇ ਵਿੱਚ ਇਸ ਸਮਾਜ ਦੇ ਵਿੱਚ ਗੱਲ ਹੋਣ ਲੱਗ ਗਈ ਕੇਵਲ ਜਾਂ ਬਹੁਤ ਅਮੀਰ ਬੰਦੇ ਦੀ, ਜਾਂ ਉਹਦੇ ਨਾਲ ਹੀ ਉਹਦਾ ਹੱਥ ਫੜ ਕੇ ਚੱਲਣ ਵਾਲੇ, ਉਹਦੀ ਚਾਹਤ 'ਚ ਹੱਥ ਫੜ ਕੇ ਚੱਲਣ ਵਾਲੀ ਇੱਕ ਮਿਡਲ ਕਲਾਸ ਜਿਹੜੀ ਪੈਦਾ ਹੋਈ, ਜਿਹਨੇ ਹੇਠਾਂ ਬਿਲਕੁਲ ਝਾਤੀ ਮਾਰਨੀ ਛੱਡਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਵੀ ਹੋਰ ਵੀ ਬਹੁਤ ਸੱਜਣ ਪਿੱਛੇ ਰਹਿ ਗਏ ਨੇ ਕਿਤੇ, ਉਹ ਵੀ ਨਾਲ ਉਹਦੇ ਕਲੱਬ ਹੋਈ। ਪ੍ਰੋਫੈਸਰ ਬਾਵਾ ਸਿੰਘ ਉਹਨਾਂ ਨੇ ਇੱਕ ਗੱਲ ਕੀਤੀ ਕਿ ਜਦੋਂ 14ਵੀਂ ਸਦੀ ਦੇ ਵਿੱਚ ਇਹ ਗੱਲ ਹੋਈ, ਮੈਨੂੰ ਲੱਗਦਾ ਅੱਜ ਤਾਂ ਉਹਦਾ ਇੱਕ ਫਰਕ ਦਿਖਾਈ ਦੇ ਰਿਹਾ। ਮੈਂ ਜੇਕਰ ਉਹਨੂੰ ਅਗਲਾ ਗੱਲ ਨੂੰ ਅੱਗੇ ਤੋਰਾਂ, ਜਿਹੜੀ ਉਹ ਚਾਹੇ ਭਗਤੀ ਮੂਵਮੈਂਟ ਦੇ ਰੂਪ 'ਚ ਸੀ, ਚਾਹੇ ਵੱਖ ਵੱਖ ਸਕਾਲਰਾਂ ਦੇ ਰੂਪ ਦੇ ਵਿੱਚ ਸੀ, ਉਦੋਂ ਦਾ ਉਹ ਇੰਟਲੈਕਚੁਅਲ ਸੈਕਸ਼ਨ, ਉਹ ਬੁੱਧੀਜੀਵੀ, ਗੁਰੂ ਨਾਨਕ ਤੋਂ ਲੈ ਕੇ ਕਬੀਰ ਤੋਂ ਲੈ ਕੇ ਰਵਿਦਾਸ, ਜਿੰਨੇ ਵੀ ਲੋਕ ਸੀ, ਉਹਨਾਂ ਨੇ ਇੱਕ ਪੈਰਲਲ ਮੁਕਾਬਲਾ ਕੀਤਾ। ਫਿਲੋਸਫੀ ਲੋਕਾਂ ਦੀ ਜ਼ੁਬਾਨ 'ਚ ਲਿਖੀ, ਜਿਹੜੀ ਜ਼ੁਬਾਨ ਉਹ ਕਹਿੰਦੇ ਸੀ ਕਿ ਆਹ ਜ਼ੁਬਾਨ ਹੈ, ਇਹ ਤੋਂ ਬਿਨਾਂ ਚੱਲਿਆ ਨਹੀਂ ਜਾਊਗਾ, ਚਾਹੇ ਉਹ ਸੰਸਕ੍ਰਿਤ ਦੇ ਰੂਪ 'ਚ ਹੋਵੇ, ਚਾਹੇ ਉਹ ਫਲਾਣੇ ਦੇ ਰੂਪ 'ਚ ਹੋਵੇ, ਜਿਹੜੀਆਂ ਮਰਜ਼ੀ, ਪੈਰਲਲ ਲੋਕਾਂ ਦੇ ਜ਼ੁਬਾਨ 'ਚ ਫਿਲੋਸਫੀ ਦਿੱਤੀ, ਵਿਚਾਰਧਾਰਾ ਦਿੱਤੀ, ਅਤੇ ਈਡੀਅਮ ਮੁਹਾਵਰਾ ਜਿਹੜਾ ਸਾਰਾ ਲੋਕਾਂ ਦੇ ਵਿੱਚ ਫਿਰ ਕੇ ਦੇਣ ਦਾ ਜਿਹੜਾ ਇੱਕ ਕੰਮ ਕੀਤਾ, ਸੋਝੀ ਉਹਦੇ ਨਾਲ ਆਉਣੀ ਸ਼ੁਰੂ ਹੋਈ ਜਦੋਂ ਪੈਰਲਲ ਇਸ ਲੈਵਲ 'ਤੇ ਚੱਲਦੀ ਹੈ। ਅੱਜ ਬਹੁਤ ਵੱਡਾ ਸੈਕਸ਼ਨ ਜਿਹੜਾ ਸੁਸਾਇਟੀ ਦਾ, ਖਾਸ ਤੌਰ 'ਤੇ ਮੈਂ ਪੰਜਾਬ ਦੀ ਅਤੇ ਦੇਸ਼ ਦੀ ਗੱਲ ਕਰਾਂ, ਉਹ ਅਲੀਟਿਸਟ ਭਾਸ਼ਾ 'ਚ ਲਿਖਦਾ, ਉਹਦੇ 'ਚ ਹੀ ਬੋਲਦਾ, ਉਹਦੇ 'ਚ ਹੀ ਆਪਣੇ ਆਪ ਨੂੰ ਮਾਣ ਅਤੇ ਪੜ੍ਹਿਆ ਲਿਖਿਆ ਮਹਿਸੂਸ ਕਰਦਾ। ਸਧਾਰਨ ਬੰਦੇ ਦੇ ਮੁਹਾਵਰੇ ਦੇ ਵਿੱਚ ਲਿਖਣਾ, ਬੋਲਣਾ, ਪੜ੍ਹਨਾ, ਜਿਹਦੇ ਕਰਕੇ ਉਹਨੂੰ ਸਮਝ ਆ ਜੇ, ਉਹ ਛੱਡ ਚੁੱਕਿਆ। ਅਤੇ ਉਹ ਮੈਨੂੰ ਲੱਗਦਾ ਇੱਕ ਬੜੀ ਵੱਡੀ ਟ੍ਰੈਜਡੀ ਹੈ ਅੱਜ ਦੀ, ਬੜੀ ਵੱਡੀ ਦੁਰਘਟਨਾ ਸਮਝ ਲਓ, ਜਾਂ ਜਿਹੜੀ ਵੀ ਮਰਜ਼ੀ ਗੱਲ ਸਮਝ ਲਓ, ਚਾਹੇ ਉਹ ਆਪਣੇ ਵੱਲੋਂ ਪੂਰੀ ਸਿਆਣਪ ਵਾਲੀ ਗੱਲ ਕਰਦਾ ਹੋਵੇ, ਪੰਜਾਬ ਦੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅੰਗਰੇਜ਼ੀ ਅਖਬਾਰ 'ਚ ਲਿਖ ਕੇ ਛਪਣ ਨੂੰ ਪਸੰਦ ਕਰਦੇ ਨੇ, ਜੇ ਉਹਨਾਂ ਨੂੰ ਕਹੋ ਪੰਜਾਬੀ ਤੁਹਾਨੂੰ ਆਉਂਦੀ ਹੈ ਲਿਖ ਦਿਓ, ਕਹਿੰਦੇ ਟ੍ਰਾਂਸਲੇਟ ਕਰ ਲਿਓ ਜੀ। ਇਹ ਕਿਉਂ ਹੈ? ਮਤਲਬ ਜਿੱਥੇ ਤੁਸੀਂ ਜੰਮੇ ਹੋ, ਜਿੱਥੇ ਤੁਸੀਂ ਕਹਿੰਦੇ ਆਹ ਬੰਦਿਆਂ ਨੂੰ ਅਸੀਂ ਸੋਝੀ ਦੇਣੀ ਹੈ, ਜਾਗਰੂਕ ਕਰਨਾ, ਤਾਂ ਉਹਦੀ ਭਾਸ਼ਾ ਜੇ ਨਹੀਂ ਆਉਂਦੀ ਤਾਂ ਸਿੱਖਣੀ, ਅਤੇ ਨਹੀਂ ਤਾਂ ਆਉਂਦੀ ਹੈ ਤਾਂ ਦ੍ਰਿੜਤਾ ਦੇ ਨਾਲ ਅਲੀਟ ਕਲੱਬ ਦਾ ਮੈਂਬਰ ਹੋਣ ਦੀ ਬਜਾਏ ਇਸ ਕਲੱਬ ਦਾ ਮੈਂਬਰ ਹੋਣ ਦੀ ਚਮਾਣ ਮਹਿਸੂਸ ਕਰਨਾ। ਜਿੰਨਾ ਚਿਰ ਇਹ ਨਹੀਂ ਹੁੰਦਾ, ਉਨਾ ਚਿਰ ਅਸੀਂ ਜੋ ਮਰਜ਼ੀ ਕਰਦੇ ਰਹੀਏ, ਜਿੰਨਾ ਮਰਜ਼ੀ ਗਿਆਨ ਭੰਡਾਰ ਹੈ, ਜੇ ਉਹ ਪੱਲੇ ਹੀ ਨਹੀਂ ਪੈਂਦਾ ਕਿਸੇ ਦੇ, ਉਹਦਾ ਕੋਈ ਮਤਲਬ ਨਹੀਂ ਹੁੰਦਾ ਮੇਰੇ ਖਿਆਲ ਹੈ। ਔਰ ਇਸੇ ਕਰਕੇ ਜਿਹੜੇ ਲੋਕਾਂ ਨੇ ਇੱਥੇ ਠੋਕ ਕੇ ਗੱਲ ਕੀਤੀ, ਚਾਹੇ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਹੋਣ, ਅੰਗਰੇਜ਼ੀ ਪੜ੍ਹ ਕੇ ਆਏ ਸੀ ਸਾਰੀ ਉਮਰ, ਬੜੇ ਲੇਟ ਜਾ ਕੇ ਸਿੱਖੀ ਹੈ, ਚਾਹੇ ਉਹ ਬਲਰਾਜ ਸਾਹਨੀ ਹੋਣ, ਚਾਹੇ ਉਹ ਡਿਫਰੈਂਟ ਟਾਈਪ ਦੇ ਬੰਦੇ ਰਵਿੰਦਰਨਾਥ ਟੈਗੋਰ ਹੋਣ, ਜਿਹੜੇ ਆਪਣੀ ਭਾਸ਼ਾ ਆਪਣੀ ਜ਼ੁਬਾਨ ਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਉਹ ਜ਼ੁਬਾਨਾਂ ਨਹੀਂ ਸਿੱਖੋ, ਉੱਥੇ ਜਾ ਕੇ ਜੇ ਕੋਈ ਗੱਲ ਲੋੜ ਪੈਂਦੀ ਹੈ ਉਹ ਜ਼ੁਬਾਨ ਆਉਣੀ ਚਾਹੀਦੀ ਹੈ, ਸਮਝਦਾਰੀ ਆਉਣੀ ਚਾਹੀਦੀ ਹੈ, ਕੋਈ
ਇਹਦਾ ਮਤਲਬ ਇਹ ਨਹੀਂ ਹੈ। ਜਿਵੇਂ UNO ਦਾ ਇੱਕ ਸਲੋਗਨ ਹੈ, ਥਿੰਕ ਗਲੋਬਲੀ ਐਕਟ ਲੋਕਲੀ, ਦੁਨੀਆ ਬਾਰੇ ਜਾਣੋ। ਔਰ ਗੁਰੂ ਨਾਨਕ ਨੇ ਕਿਹੜਾ ਬ੍ਰਹਿਮੰਡ ਤੋਂ ਤੱਕ ਸਾਰੀ ਦੁਨੀਆ ਦੀ ਗੱਲ ਕੀਤੀ ਹੈ, ਪਰ ਉਹ ਕੀਤੀ ਲੋਕਾਂ ਦੀ ਜ਼ੁਬਾਨ ਦੇ ਵਿੱਚ ਆ ਕੇ ਕਿ ਤੁਸੀਂ ਕੀ ਗੱਲ ਕਰਦੇ ਹੋ, ਕਿਸ ਲੈਵਲ 'ਤੇ ਹੈ। ਔਰ ਸਾਨੂੰ ਹੁਣ ਇਹ ਲੱਗਣ ਲੱਗ ਗਿਆ ਕਿ ਜਿਹੜੀ ਸਾਡੀਆਂ ਜ਼ੁਬਾਨਾਂ ਨੇ ਇਹ ਦੋ ਨੰਬਰ ਦੀਆਂ, ਦੋ ਦਰਜੇ ਦੀਆਂ ਨੇ, ਇਹਦੇ 'ਚ ਗਿਆਨ ਹੁਣ ਪੈਦਾ ਨਹੀਂ ਕੀਤਾ ਜਾ ਸਕਦਾ, ਇਹਦਾ ਗਿਆਨ ਹੁਣ ਕੰਮ ਨਹੀਂ ਦਿੰਦਾ ਫਿਊਚਰ ਦੇ ਵਿੱਚ। ਇਹ ਲੜਾਈ ਇੰਟਲੈਕਚੁਅਲ ਨੇ ਲੜਨੀ ਹੁੰਦੀ ਹੈ, ਸਧਾਰਨ ਬੰਦੇ ਨੇ ਨਹੀਂ ਲੜਨੀ ਹੁੰਦੀ। ਜਿਹੜੀ ਗਿਆਨ ਦੀ ਲੜਾਈ ਹੈ, ਜਿਹੜੀ ਭਾਸ਼ਾ ਦੀ ਲੜਾਈ ਹੈ, ਜਿਹੜੀ ਉਸ ਪੱਧਰ 'ਤੇ ਆ ਕੇ ਉਹਦੇ ਨਾਲ ਮੜਕਣ ਦੀ ਲੜਾਈ ਹੈ। ਇੱਥੇ ਦੁਨੀਆ 'ਚ ਥਾਮਸ ਪਕੈਟੀ ਵਰਗੇ ਅਮਰੀਕਾ ਦੀ ਯੂਨੀਵਰਸਿਟੀ 'ਚ 20 ਸਾਲ ਪੜ੍ਹਾ ਕੇ ਜਾ ਕੇ ਮੁੜ ਕੇ ਫਰੈਂਚ 'ਚ ਲਿਖਦੇ ਨੇ ਵੱਡੀਆਂ ਕਿਤਾਬਾਂ, ਪਹਿਲੇ ਆਪੀ ਪੜ੍ਹ ਲੈਣਗੇ। ਦੇਸ਼ ਉਹਦੇ ਨਾਲ ਬਣਦੇ ਨੇ, ਉਹਦੇ ਨਾਲ ਖੜ੍ਹਦੇ ਨੇ। ਉਹ ਜਦੋਂ ਚੀਜ਼ਾਂ ਨਹੀਂ ਹੁੰਦੀਆਂ ਤਾਂ ਸਾਡੇ ਲਈ ਸਮੱਸਿਆ ਖੜ੍ਹੀ ਹੁੰਦੀ ਹੈ। ਇਸ ਲਈ ਅਸੀਂ ਪੋਲੀਟੀਸ਼ਨ ਨੂੰ ਨਿੰਦ ਦਈਏ, ਬਿਲਕੁਲ ਪੋਲੀਟਿਕਸ ਦਾ ਰੋਲ ਹੈ, ਅਸੀਂ ਬਾਕੀਆਂ ਨੂੰ ਨਿੰਦੀਏ, ਸਭ ਦਾ ਰੋਲ ਹੈ। ਪਰ ਜਿਹਦੇ ਅੰਦਰ ਦੀਵਾ ਜਗ ਗਿਆ, ਜੇ ਉਹ ਦੀਵਾ ਵੀ ਕਿਤੇ ਹੋਰ ਰੋਸ਼ਨੀ ਕਰਨ ਨੂੰ ਫਿਰਦਾ ਹੈ ਤਾਂ ਉਹਦਾ ਕੋਈ ਮਤਲਬ ਨਹੀਂ ਹੈ। ਤੁਸੀਂ ਖੜ੍ਹਨਾ ਕਿੱਥੇ ਹੈ? ਭਲ ਭਾਈ ਲਾਲੋ ਨਾਲ ਖੜ੍ਹਨਾ, ਮਲਕ ਭਾਗੋ ਨਾਲ ਖੜ੍ਹਨਾ, ਅਤੇ ਕਿਹਦੇ ਹਿੱਤ 'ਚ ਕੰਮ ਕਰਨਾ, ਜਾਂ ਉਹਨਾਂ ਕੁ ਕੰਮ ਕਰਨਾ ਫਿਰ ਵੀ ਮਾੜਾ ਮੋਟਾ ਗੱਲ ਚੰਗਾ ਸਮਾਜ ਸੇਵੀ ਵੀ ਬਣਨਾ, ਉਹਨਾਂ ਕੁ ਲੋਕ ਮਾਨਤਾ ਵੀ ਰੱਖਣ, ਪਰ ਬੇਸਿਕਲੀ ਉੱਧਰ ਵੀ ਹੱਥ ਰੱਖਣਾ ਜਿੱਥੇ ਤੱਕ ਪੈਂਦਾ, ਅਤੇ ਉੱਥੇ ਵੀ ਜ਼ਿਆਦਾ ਵਿਗੜ ਨਾ ਜਾਵੇ, ਉਸ ਸੁਸਾਇਟੀ ਨਾਲ ਵੀ ਰਹਿਣਾ। ਇਹ ਲਾਈਨ ਕੱਢਣ ਵਾਲਾ ਕੁਐਸਚਨ ਹੈ, ਮੈਨੂੰ ਲੱਗਦਾ ਇਹ ਛੋਟਾ ਸਵਾਲ ਨਹੀਂ ਹੈ ਇਹ ਤੋਂ ਬਿਨਾਂ। ਦੂਸਰੀ ਗੱਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੁਨੀਆ ਤੋਂ ਇੱਧਰ ਨੂੰ ਆਉਂਦੇ ਡੈਮੋਕ੍ਰੇਸੀ ਦੀ, ਡੈਮੋਕ੍ਰੇਸੀ ਦੀ ਸੋਝੀ ਸਾਡੇ 'ਚ ਨਹੀਂ ਬਹੁਤ ਵੱਡੇ ਪੱਧਰ 'ਤੇ ਆਈ। ਅਸੀਂ ਡੈਮੋਕ੍ਰੇਸੀ ਲੜ ਕੇ ਨਹੀਂ ਲਈ, ਅਸੀਂ ਟ੍ਰਾਂਸਫਰ ਆਫ ਪਾਵਰ 'ਚ ਲਈ ਹੈ। ਜਿੰਨੀ ਕੁ ਅੰਗਰੇਜ਼ ਛੱਡ ਕੇ ਵੋਟ ਦੇ ਲਿਆ ਕਰੋ, ਪਹਿਲਾਂ ਧਰਮ ਦੇ ਆਧਾਰ 'ਤੇ ਵੋਟਾਂ ਕੀਤੀਆਂ, ਫਿਰ ਜਾਇਦਾਦ ਜਿੰਨੀ ਕੁ ਹੈ ਉਹ ਵੋਟਰ ਹੋਏਗਾ, ਦੂਜਾ ਨਹੀਂ ਹੋਏਗਾ। ਜਾਂਦੇ ਜਾਂਦੇ ਚਲੋ ਇਹ ਹੋ ਗਿਆ ਵੀ ਵੋਟਾਂ ਤਾਂ ਚਲੋ ਸਾਰੇ ਪਾ ਲਓ। ਹਾਲਾਂਕਿ ਇਹ ਗੱਲ ਇਕੱਲੀ ਅੰਗਰੇਜ਼ਾਂ ਦੀ ਨਹੀਂ ਹੈ, ਸਾਡੇ ਕਲਚਰ 'ਚ ਉਦੋਂ ਪਹਿਲਾਂ ਇੱਕ ਲੈਵਲ 'ਤੇ ਵਾਪਰੀ ਹੈ। ਉਹ ਇਹ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1925 ਦੇ ਬਿੱਲ ਦਾ ਡਰਾਫਟ ਆਇਆ, ਔਰ ਉਹ ਡਰਾਫਟ ਉਸ ਜ਼ਮਾਨੇ ਦੇ ਲੀਡਰਾਂ ਨੇ ਵਾਪਸ ਮੋੜਿਆ, ਉਹਦੇ 'ਚ ਅਮੈਂਡਮੈਂਟ ਕਰਾਈ ਕਿ ਸਾਡੇ ਤਾਂ ਧਰਮ ਦੇ ਵਿੱਚ ਔਰਤ ਬਰਾਬਰ ਦੀ ਹੈ ਅਤੇ ਔਰਤ ਨੂੰ ਬਰਾਬਰ ਦੀ ਵੋਟ ਦਾ ਹੱਕ ਹੈ। ਯੂਰਪ ਦੇ ਬਹੁਤ ਦੇਸ਼ਾਂ 'ਚ ਉਦੋਂ ਨਹੀਂ ਸੀਗਾ ਔਰਤ ਨੂੰ ਬਰਾਬਰ ਦਾ ਹੱਕ ਵੋਟ ਦੇਣ ਦੇ ਮਾਂ। ਇਹਦਾ ਮਤਲਬ ਜਮਹੂਰੀਅਤ ਦੀ ਇੱਕ ਸੋਝੀ ਤਾਂ ਸੀਗੀ, ਜਿਹੜੀ ਸੰਗਤ ਦੀ, ਪੰਗਤ ਦੀ, ਸਰਬੱਤ ਖਾਲਸੇ ਦੀ, ਪੰਚ ਪ੍ਰਧਾਨੀ ਦੀ, ਜੇ ਉਹ ਫਲੋਸਫੀ ਅਸੀਂ ਦੇਖਦੇ ਹਾਂ ਜਿਹਨੂੰ ਪ੍ਰੀਚ ਕਰਦੇ ਹਾਂ, ਤਾਂ ਇਹਦਾ ਮਤਲਬ ਜਮਹੂਰੀਅਤ ਦਾ ਇੱਕ ਖਾਕਾ ਤਾਂ ਸਾਡੇ ਕੋਲ ਸੀਗਾ, ਗਰਾਊਂਡ ਸੀਗੀ, ਪਰ ਉਹ ਗਰਾਊਂਡ ਛੱਡੀ ਅਸੀਂ। ਅਸੀਂ ਵੈਸਟਰਨ ਜਮਹੂਰੀਅਤ ਤੋਂ ਹੀ ਸਿੱਖਣਾ ਦੀ ਕੋਸ਼ਿਸ਼ ਕੀਤੀ, ਉਸੇ ਢੰਗ ਦੀ ਜਮਹੂਰੀਅਤ ਨੂੰ ਜਮਹੂਰੀਅਤ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਸ਼ਾਇਦ ਇਹਦੇ ਪਿੱਛੇ ਇੱਕ ਕੰਮ ਇਹ ਹੈ ਕਿ ਜਦੋਂ ਕੁਦਰਤ ਦੀ ਡਾਇਵਰਸਿਟੀ ਹੈ, ਜਿਹੜੀ ਨੇਚਰ ਦੇ ਵਿੱਚ ਬਨ ਸੰਬੰਧਤਾ ਬਹੁਤ ਵੱਡੇ ਪੱਧਰ 'ਤੇ ਹੈ, ਔਰ ਇਸੇ ਕਰਕੇ ਜਿਹੜੇ ਜਿਹੜੇ ਖੇਤਰ 'ਚ ਬੰਦਾ ਜੰਮਿਆ ਉੱਥੇ ਅਲੱਗ ਪਹਿਰਾਵਿਆਂ ਦੀ ਲੋੜ ਪਈ, ਅਲੱਗ ਬੋਲੀਆਂ ਸਿਰਜੀਆਂ ਗਈਆਂ, ਅਲੱਗ ਸੱਭਿਆਚਾਰ ਬਣੇ, ਤਾਂ ਉਹਨਾਂ ਦੇ ਵਿੱਚੋਂ ਆਪਣਾ ਮਾਡਲ ਸਿਰਜਣ ਦੀ ਕੋਸ਼ਿਸ਼ ਕਿਉਂ ਨਹੀਂ ਹੋਈ ਇੰਡੀਜੀਨੀਅਸ ਤਰੀਕੇ ਦੇ ਨਾਲ ਸਾਰੇ ਮਾਮਲਿਆਂ ਦੇ ਵਿੱਚ ਵੀ? ਸਾਡੀਆਂ ਰੀਅਲ ਸਮੱਸਿਆਵਾਂ ਕੀ ਨੇ? ਧਰਮ ਦਾ ਜੋ ਇੱਥੇ ਰੋਲ ਹੈ, ਜੋ ਵੈਸਟ ਦਾ ਰੋਲ ਹੈ, ਠੀਕ ਹੈ ਪ੍ਰੋਫੈਸਰ ਸਾਹਿਬ ਦੀ ਗੱਲ ਕਿ ਜਦੋਂ ਦੀ ਗੱਲ ਇਹ ਕਰ ਰਹੇ ਨੇ, ਯੂਰਪ ਨੇ ਤਾਂ ਧਰਮ ਦੇ ਆਧਾਰ 'ਤੇ ਡਿਬੇਟ ਕਰਕੇ ਉਦੋਂ ਖੂੰਜੇ ਲਾ ਤਾ ਇੱਕ ਲੈਵਲ ਦਾ, ਨਜਿੱਠ ਲਿਆ ਆਪਦਾ ਕੰਮ ਸਾਰਾ ਕਿ ਇਹਦਾ ਕੀ ਰਹੂਗਾ, ਕਿੱਥੇ ਰਹੂ ਕਿੱਥੇ ਨਹੀਂ। ਅਸੀਂ ਅੱਜ ਵੀ ਉੱਥੇ ਹਾਂ, ਇਸ ਇਹਦਾ ਮਤਲਬ ਹਾਲਾਤ ਅਲੱਗ ਨੇ, ਜਿਹੜਾ ਹਿਸਟੋਰੀਕਲ ਮਾਰਚ ਅਲੱਗ ਹੈ, ਵੱਖ ਵੱਖ ਤਰੀਕੇ ਅਲੱਗ ਨੇ, ਤਾਂ ਇੱਕੋ ਲੈਵਲ ਦੀ ਸੋਚ ਪ੍ਰਣਾਲੀ, ਇੱਕੋ ਲੈਵਲ ਦਾ ਮਾਡਲ, ਇੱਕੋ ਲੈਵਲ ਦੀ ਫਿਲਾਸਫੀ, ਇੱਕੋ ਲੈਵਲ ਦੀ ਵਿਚਾਰਧਾਰਾਵਾਂ, ਇਹ ਕਿਵੇਂ ਸੰਭਵ ਨੇ? ਹਾਂ, ਮੋਟੇ ਕੁਝ ਯੂਨੀਵਰਸਲ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਨਰਲ ਨੇ ਇਨਸਾਨੀਅਤ ਲਈ, ਉਹ ਸਾਰੀਆਂ ਹੋਣਗੀਆਂ, ਉਹ ਜਨਰਲ ਵੀ ਹੋ ਸਕਦੀਆਂ ਨੇ, ਪਰ ਬੇਸਿਕਲੀ ਜ਼ਿੰਦਗੀ ਦੀ ਜੀਵਨ ਜਾਂਚ ਜਿਹੜੀ ਹੈ, ਜਾਂ ਵੱਖ ਵੱਖ ਤਰੀਕੇ ਨੇ, ਉਹ ਆਪੋ ਆਪਣੇ ਸੱਭਿਆਚਾਰਾਂ ਮੁਤਾਬਕ, ਆਪੋ ਆਪਣੇ ਖਿੱਤਿਆਂ ਮੁਤਾਬਕ, ਆਪੋ ਆਪਣੀਆਂ ਬੋਲੀਆਂ ਮੁਤਾਬਕ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ, ਉਹ ਕੋਸ਼ਿਸ਼ ਕਮਜ਼ੋਰ ਰਹੀ ਹੈ। ਔਰ ਇਹੀ ਕੋਸ਼ਿਸ਼ ਜਿੱਥੇ ਜਿੱਥੇ ਹੁੰਦੀ ਹੈ, ਜਿੱਥੇ ਜਿੱਥੇ ਹੋਣ ਲੱਗ ਜਾਏਗੀ, ਇਹ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਵੀ ਖਿਲਾਫ ਹੈ, ਇਹ ਅਥੋਰਿਟੇਰੀਅਨ ਰੂਲ ਦੇ ਵੀ ਖਿਲਾਫ ਹੈ, ਇਹ ਕਾਰਪੋਰੇਟ ਡਿਵੈਲਪਮੈਂਟ ਦੇ ਵੀ ਖਿਲਾਫ ਹੈ, ਇਹ ਉਸੇ ਸਾਰੇ ਏਜੰਡਿਆਂ ਦੇ ਖਿਲਾਫ ਹੈ। ਲੜਾਈ ਡਾਇਵਰਸਿਟੀ ਦੀ, ਬਨ ਸੰਬੰਧਤਾ ਦੀ, ਇੱਕੋ ਇੱਕ ਵਨਨੈਸ ਦੇ ਵਾਲੇ ਸਿਸਟਮ ਦੇ ਖਿਲਾਫ ਹੈ, ਜਿਹੜਾ ਉਹ ਕਹਿੰਦਾ ਵੀ ਇੱਕੋ ਚੀਜ਼ ਦੇਖੋਗੇ, ਇੱਕੋ ਤਰ੍ਹਾਂ ਦਾ ਰੰਗ, ਇੱਕੋ ਤਰ੍ਹਾਂ ਦਾ ਸਾਰਾ ਕੁਛ ਹੈ ਜਿਹੜਾ। ਉਹ ਸਾਰੇ ਮਾਮਲੇ ਦੇ ਵਿੱਚ ਸਵਾਲ ਇਹ ਹੈ ਕਿ ਜਿਹੜੀਆਂ ਬਨ ਸੰਬੰਧਤਾ ਨੇ ਜਿੰਨੀਆਂ ਕੁ ਸਾਡੇ ਹੈਗੀਆਂ, ਉਹ ਫਿਊਡਲ ਮਾਇੰਡਸੈਟ ਤੋਂ ਅੱਗੇ ਨਹੀਂ ਜਾ ਰਹੀਆਂ,
ਉਹ ਕਹਿੰਦਾ ਮੈਂ ਹੀ ਸਰਦਾਰ ਹਾਂ, ਮੇਰੀ ਉਹ ਗੱਲ ਸੁਣੋ। ਉਹ ਵੀ ਗੁਲਦਸਤਾ ਬਣਨ ਲਈ ਤਿਆਰ ਨਹੀਂ ਹੈ। ਜਦੋਂ ਵੰਨ ਸੁਵੰਨਤਾਵਾਂ ਹੋਣਗੀਆਂ, ਜੇ ਇੱਕੋ ਜਿਹਾ ਜੱਕ ਰੰਗੀ ਚੀਜ਼ ਨਹੀਂ ਹੋਏਗੀ ਤਾਂ ਵੰਨ ਸੁਵੰਨਤਾ ਪ੍ਰਵਾਨ ਕਰਕੇ ਗੁਲਦਸਤੇ ਦਾ ਰੂਪ ਕਿਵੇਂ ਸਿਰਜਿਆ ਜਾਏ, ਉਹ ਵੀ ਉੱਥੇ ਖੜ ਗਏ ਮੁੜ ਕੇ। ਉਹ ਕਹਿੰਦੇ ਮੇਰੇ ਵਾਲਾ ਇੱਥੇ ਖੜਿਆ, ਇਹਨੂੰ ਮੰਨੋ, ਉਦੋਂ ਅੱਗੇ ਨਾ ਚੱਲੋ, ਕੋਈ ਉਦੋਂ ਆਲਾ ਦੁਆਲਾ ਨਾ ਸਮਾਰੋ। ਇਹ ਰਿਜਿਡਿਟੀ ਜਿਹੜੀ ਹੈ, ਜਿਹੜੀ ਇਹ ਮੇਰੇ ਖਿਆਲ ਕੱਟੜਪਣ ਵੀ ਹੈ, ਕਈ ਵਾਰ ਆ ਜਾਂਦਾ ਉਹ ਸਾਰੇ ਮਾਹੌਲ ਦੇ ਵਿੱਚ। ਇਹਨਾਂ ਦਾ ਕੋਈ ਤਾਲਮੇਲ ਕਿਵੇਂ ਬੈਠੇ, ਇਹ ਕਿਵੇਂ ਮਾਮਲਾ ਉਸ ਪੱਧਰ ਦੇ ਉੱਤੇ ਹੋਵੇ, ਇਹ ਬੇਹੱਦ ਜ਼ਰੂਰੀ ਚੀਜ਼ਾਂ ਨੇ। ਇਸੇ ਕਰਕੇ ਸਾਡਾ ਜ਼ਿਆਦਾ ਜ਼ੋਰ ਲੱਗ ਰਿਹਾ ਇਹਨਾਂ ਗੱਲਾਂ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਅਸੀਂ ਇੱਕ ਨਾ ਸਵੀਪਿੰਗ ਸਟੇਟਮੈਂਟਸ ਦੇਣ ਦੇ ਆਦੀ ਹੋ ਜਾਂਦੇ ਹਾਂ। ਹਰ ਗੱਲ ਨੂੰ ਜਾਂ ਤਾਂ ਕਹਿੰਦੇ ਹਾਂ ਵੀ ਇਹ ਤਾਂ ਬਿਲਕੁਲ ਹੀ ਕਿਸੇ ਨੇ ਕੀਤਾ, ਜਾਂ ਜਿਹੜੀ ਲੋਲੀਪੋਪ ਵਾਲੀ ਗੱਲ ਵੀ ਆਈ ਹੈ, ਮੈਨੂੰ ਨਹੀਂ ਲੱਗਦਾ ਚੀਜ਼ਾਂ ਲੋਲੀ। ਇਹ ਲੋਕਾਂ ਦੀਆਂ ਜਦੋਂ ਜਹਿਦਾਂ ਦੇ ਰਿਜ਼ਲਟ ਹੁੰਦੇ ਨੇ। ਅਸੀਂ ਇਹਦਾ ਮਤਲਬ ਲੋਕਾਂ ਦੇ, ਜੇ ਕਿਸਾਨ ਅੰਦੋਲਨ ਸੀ, ਜੇ ਨਰਿੰਦਰ ਮੋਦੀ ਉਹਨੇ ਵਾਪਸ ਬਹੁਤ ਸਾਰੇ ਸਜਰ ਕੀ ਲੈ ਲਿਆ ਜੀ, ਉੱਥੋਂ ਕੀ ਖੱਟਿਆ, ਨਵਾਂ ਤਾਂ ਹੋਇਆ ਨਹੀਂ। ਉਹਨੇ 56 ਇੰਚ ਦੀ ਛਾਤੀ ਸੰਗੋੜਤੀ ਹੈ ਅਤੇ ਬਿਡਰਾ ਕੀਤੀ, ਮੋਰਲ ਅਥਾਰਟੀ ਸਿਰਜੀ ਹੈ, ਲੋਕਾਂ ਦੇ ਵਿੱਚ ਇੱਕ ਵੈਲਿਊ ਸਿਸਟਮ ਸਿਰਜਿਆ ਹੈ। ਅਸੀਂ ਮਟੀਰੀਅਲ ਤੋਂ ਲੈਂਦੇ ਹਾਂ, ਉੱਥੋਂ ਕੀ ਲੈ ਲਿਆ ਜੀ, ਇਹ ਟੁੱਟ ਗਏ, ਫਲਾਨਾ ਹੋ ਗਿਆ। ਉਹ ਜਿਹੜਾ ਐਡਾ ਵੱਡਾ ਜਿੱਤ ਦਾ ਇੱਕ ਸਿਹਰਾ ਜੀ ਨੇ ਪ੍ਰਾਈਡ ਦਿੱਤਾ, ਇੱਕ ਸਨਮਾਨ ਦਿੱਤਾ ਇਕੱਲੇ ਇਕੱਲੇ ਬੰਦੇ ਨੂੰ, ਉਹਨੂੰ ਇਹ ਕਹਿ ਕੇ ਖਾਰਜ ਕਰ ਦਿਓ ਜੀ, ਇਹ ਲੀਡਰ ਤਾਂ ਇਹੋ ਜਿਹੇ ਨੇ, ਇਹਦੇ ਤੋਂ ਕੀ ਹੋ ਗਿਆ ਜੀ, ਛੱਡੋ, ਕੁਝ ਨਹੀਂ ਹੋਣਾ, ਅਸੀਂ ਸਵੀਪਿੰਗ ਸਟੇਟਮੈਂਟਾਂ ਦਿੰਦੇ ਹਾਂ। ਹਰ ਲੜਾਈ ਕਦਮ ਦਰ ਕਦਮ ਜਿੱਤੀ ਜਾਂਦੀ ਆ, ਹਰ ਕਦਮ 'ਤੇ ਲੜਨਾ ਪੈਂਦਾ, ਕਈ ਵਾਰ ਪਿੱਛੇ ਵੀ ਆਉਂਦੀ ਆ, ਕਈ ਵਾਰ ਅੱਗੇ ਵੀ ਜਾਂਦੀ ਆ। ਇਸੇ ਤਰ੍ਹਾਂ ਜਿਹੜਾ ਡੀਸੈਂਟਰਲਾਈਜੇਸ਼ਨ ਆਫ ਪਾਵਰ ਦਾ ਸਲੋਗਨ ਹੈ, ਚਾਹੇ ਉਹ ਫੈਡਰਲ ਸਟਰਕਚਰ ਦਾ, ਜੇ ਉਹ ਸੈਂਟਰਲਾਈਜ਼ ਹੋ ਰਿਹਾ ਤਾਂ ਗਲਤ। ਜਿਹੜੇ ਸੱਜਣ ਇਹ ਕਹਿੰਦੇ ਨੇ ਕਿ ਲੋਲੀਪੋਪ ਹੈ, ਮੈਨੂੰ ਲੱਗਦਾ ਤਾਂ ਫਿਰ ਅਸੀਂ ਏਜੰਡਾ ਹੀ ਨਹੀਂ, ਇਹਦਾ ਏਜੰਡਾ ਫਜ਼ੂਲ ਹੈ, ਇਹਦੇ 'ਤੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਗ੍ਰਾਮ ਸਭਾ ਆਪਣੇ ਦਾਇਰੇ 'ਚ ਕੰਮ ਕਰੇਗੀ, ਕੌਣ ਕਹਿੰਦਾ ਕਿ ਉਹ ਨੈਸ਼ਨਲ ਲੈਵਲ ਦਾ ਬਜਟ ਬਣਾਏਗੀ, ਕੌਣ ਕਹਿੰਦਾ ਉਹ ਸਟੇਟ ਦਾ ਬਣਾਏਗੀ। ਪਰ ਇੱਕ ਸਿਸਟਮ ਹੈ, ਇਹ PRI ਹੈ ਜੀ, ਪੰਚਾਇਤੀ ਰਾਜ ਸਿਸਟਮ, ਜਿਹ 'ਚ ਬਲਾਕ ਸਮਿਤੀਆਂ ਵੀ ਹੋਣਗੀਆਂ, ਜ਼ਿਲ੍ਹਾ ਪ੍ਰੀਸ਼ਦਾਂ ਵੀ ਹੋਣਗੀਆਂ। ਆਪਣੇ ਇੰਡੀਆ ਦੇ ਰਾਜਾਂ ਨੂੰ ਕੰਪੈਰੀਜ਼ਨ ਕਰਕੇ ਦੇਖ ਲਓ ਕੀ ਫਰਕ ਹੈ ਦੋਨਾਂ ਤਿੰਨਾਂ ਦੇ ਵਿੱਚ। ਮੈਨੂੰ ਪਿਛਲੇ ਦਿਨਾਂ 'ਚ ਇੱਕ ਸਰਦਾਰ ਜੀ ਨੇ, ਕਰਨਾਟਕਾ ਦੇ ਚੀਫ ਸੈਕਟਰੀ ਰਹੇ ਨੇ ਕਾਫੀ ਲੰਬਾ ਸਮਾਂ, ਮੈਂ ਉਹਨਾਂ ਦਾ ਨਾਂ ਭੁੱਲ ਗਿਆ, ਚੰਡੀਗੜ੍ਹ ਆਏ ਹੋਏ ਸੀਗੇ, ਕਿਉਂਕਿ ਕਰਨਾਟਕਾ ਡੀਵੈਲਿਊਏਸ਼ਨ ਆਫ ਪਾਵਰ ਦੇ ਵਿੱਚ ਪੰਚਾਇਤੀ ਰਾਜ ਸਿਸਟਮ 'ਚ ਨੰਬਰ 1 ਹੈ ਇਸ ਸਮੇਂ। DC ਲੱਗਣਾ ਨਹੀਂ ਕੋਈ ਚਾਹੁੰਦਾ, ADC ਇੰਚਾਰਜ ਜ਼ਿਲ੍ਹਾ ਪ੍ਰੀਸ਼ਦ ਲੱਗਣਾ ਚਾਹੁੰਦਾ। 40% ਬਜਟ ਸਟੇਟ ਦਾ ਸਿੱਧਾ ਜਾਂਦਾ PRI ਜਿੱਤੇ ਲੋਕਲ ਬਾਡੀਜ਼ ਦੇ ਖਾਤੇ ਦੇ ਵਿੱਚ। ਕੇਰਲਾ ਦਾ 23% ਜਾਂਦਾ, ਉਹੀ ਬਜਟ, ਉਹੀ ਕਾਨੂੰਨ ਹੈ ਭਾਈ ਸਾਹਿਬ, ਉਹੀ ਕਾਨੂੰਨ ਜੇ ਉੱਥੇ ਇੰਪਲੀਮੈਂਟੇਬਲ ਹੈ, ਸਾਡੇ ਕਿਉਂ ਨਹੀਂ ਹੋ ਸਕਦਾ? ਜੇਕਰ ਇਹ ਸਾਡੀਆਂ ਪ੍ਰੋਬਲਮਜ਼ ਨੇ, ਮੈਂ ਨਹੀਂ ਕਹਿੰਦਾ ਇਹਦੇ 'ਚ ਕੋਈ ਨਵੀਆਂ, ਇਹਦੇ 'ਚ ਕੋਈ ਦਿੱਕਤਾਂ ਨਹੀਂ ਹੈਗੀਆਂ, ਉਹਦੇ 'ਚ ਬਹੁਤ ਅਮੈਂਡਮੈਂਟਸ ਦੀ ਲੋੜ ਹੈ। ਪਰ ਜਦੋਂ ਅਸੀਂ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਕੋਈ ਬੰਦਾ ਉੱਥੇ ਕੰਮ ਹੀ ਨਹੀਂ ਕਰੂਗਾ। ਅਸੀਂ ਉੱਥੇ ਕੰਮ ਕਰਨ ਦੀ ਜ਼ਹਿਮਤ ਅਜੇ ਉਠਾਈ ਨਹੀਂ, ਅਜੇ ਪਿੰਡ ਪਿੰਡ ਲੋਕਾਂ ਨੂੰ ਤਿਆਰ ਕੀਤਾ ਨਹੀਂ, ਜਾਣਕਾਰੀ ਇਹਦੇ ਬਾਰੇ ਹੈ ਨਹੀਂ। ਪਹਿਲਾਂ ਹੀ ਅਸੀਂ ਇਹ ਕਹਿੰਦੇ ਤਾਂ ਕੰਮ ਹੀ ਗੜਬੜਾ, ਤਾਂ ਹੋਣਾ ਹੀ ਨਹੀਂ ਹੈ ਜੀ। ਉਹ ਹੋਰ ਤਰ੍ਹਾਂ ਦੀਆਂ ਗੱਲਾਂ ਪੈਦਾ ਹੁੰਦੀਆਂ ਨੇ ਫਿਰ, ਜਦੋਂ ਤੁਸੀਂ ਕਮਿਟਮੈਂਟ 'ਤੇ ਖੜੇ ਨਹੀਂ ਕਿ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਔਰ ਮਨਰੇਗਾ ਵੀ ਬਹੁਤ ਲੋਕ ਕਹਿੰਦੇ ਨੇ ਹੈ ਹੀ ਨਹੀਂ। ਆ ਇੱਥੇ ਕਿੰਨੀਆਂ ਬੀਬੀਆਂ ਬੈਠੀਆਂ ਨੇ, ਪਿਛਲੇ 2 ਸਾਲ ਦਾ ਐਕਸਪੀਰੀਅੰਸ ਹੈ, ਇਕੱਲੀ ਇਕੱਲੀ ਨੂੰ ਪੁੱਛ ਲਓ, ਉਹਦੀ ਅਰਜ਼ੀ 'ਤੇ ਕੰਮ ਮਿਲਣ ਲੱਗਿਆ ਕਿ ਨਹੀਂ, ਅਪੁਆਇੰਟਮੈਂਟ ਲੈਟਰ ਮਿਲਣ ਲੱਗਿਆ ਕਿ ਨਹੀਂ, ਅਥਾਰਿਟੀ ਇਹ ਕਹਿੰਦੀ ਆ ਕਿ ਨਹੀਂ ਗੱਲ ਤੁਹਾਡੀ ਠੀਕ ਹੈ ਅਤੇ ਤੁਹਾਡੇ ਮੁਤਾਬਕ ਹੀ ਚੱਲਦੇ ਹਾਂ, ਜਾਂ ਇਕੱਲਾ ਸਰਪੰਚ ਰਾਜ ਜਾਂ ਅਫਸਰੀ ਰਾਜ ਦੇ ਮੁਤਾਬਕ ਚੱਲ ਰਹੀ ਹੈ। ਜੇ ਉਹ ਤਬਦੀਲ ਹੋਈ ਹੈ ਉਹੀ ਚੀਜ਼, ਤਾਂ ਇਹਨਾਂ ਦੀ ਜਾਗਰੂਕਤਾ, ਇਕੱਲੀ ਜਾਗਰੂਕਤਾ ਵੀ ਕੁਝ ਨਹੀਂ ਕਰਦੀ, ਉਹਦੀ ਲਾਮਬੰਦੀ, ਅਤੇ ਉਹਦੇ 'ਤੇ ਖੜ੍ਹ ਕੇ ਨਵੀਂ ਲੀਡਰਸ਼ਿਪ ਜਦੋਂ ਪੈਦਾ ਹੁੰਦੀ ਹੈ ਡੀਅਰਿੰਗ, ਅਤੇ ਉਹ ਜਦੋਂ ਸੰਵਾਦ ਕਰਦੀ ਅਗਲੇ ਦੇ ਸਾਹਮਣੇ, ਚੈਲੰਜ ਕਰਦੀ ਹੈ ਕਿ ਮੈਨੂੰ ਕਾਨੂੰਨ ਵੀ ਤੇਰੇ ਨਾਲੋਂ ਜ਼ਿਆਦਾ ਆਉਂਦਾ, ਜੇ ਕਾਨੂੰਨ ਵੀ ਨਹੀਂ ਮੰਨਿਆ, ਇਕੱਲਾ ਕਾਨੂੰਨ ਵੀ ਕੰਮ ਨਹੀਂ ਕਰਦਾ, ਕਾਨੂੰਨ ਪਏ ਨੇ ਬਹੁਤ ਸਾਰੇ ਕਿਤਾਬਾਂ ਦੇ ਵਿੱਚ, ਜੇ ਉਹਦੇ ਬਾਰੇ ਪਤਾ ਹੀ ਨਾ ਹੋਵੇ, ਜੇ ਉੱਥੇ ਜਾਗਰੂਕ ਨਹੀਂ ਕਰਨਾ, ਜੇ ਉਹਦੇ 'ਤੇ ਲਾਮਬੰਦੀ ਨਹੀਂ ਕਰਨੀ, ਜੇ ਲੀਡ ਨਹੀਂ ਕਰਨਾ ਕਿਸੇ ਨੇ, ਅਗਵਾਈ ਨਹੀਂ ਕਰਨੀ, ਤਾਂ ਕੌਣ ਕਰੂਗਾ ਉਹਨੂੰ ਉਸ ਲੈਵਲ ਦੇ ਉੱਤੇ ਜਾ ਕੇ। ਔਰ ਇਸੇ ਕਰਕੇ ਤਾਂ ਫਿਰ ਉਹੀ ਨਿਯੁਕਤੀ ਪੱਤਰ ਪੰਜਾਬ ਦੇ 5 ਜਾਂ 6 ਜ਼ਿਲ੍ਹਿਆਂ 'ਚ ਕਿਉਂ ਮਿਲਦਾ, ਬਾਕੀ ਜਗ੍ਹਾ ਨਹੀਂ ਮਿਲਦਾ? ਫਰਕ ਕੀ ਹੈ? ਫਰਕ ਇਹ ਹੈ ਕਿ ਉਹਨੂੰ ਜਾਣ ਕੇ, ਉਹਦੀਆਂ ਜਿੰਨੀਆਂ ਵੀ ਚੋਰ ਮੋਰੀਆਂ ਅਫਸਰ ਕਹਿੰਦੇ ਨੇ ਕਿ ਇਹਦੇ ਨਾਲ ਕਰ ਦਿਉ, ਇਹਦੇ ਕਰਕੇ ਉਹਨੂੰ ਪਲੱਗ ਕਰਕੇ ਉਹਦੇ 'ਤੇ ਫਾਈਟ ਕਰਨ ਦਾ ਨਾਂ ਹੈ, ਅਤੇ ਤੁਹਾਡੇ ਸਾਹਮਣੇ ਉਹ ਚੀਜ਼ਾਂ ਹੋ ਰਹੀਆਂ। ਅਤੇ ਇਸੇ ਚੀਜ਼ ਦੇ ਵਿੱਚ ਇਹ ਬਹੁਤ ਜ਼ਰੂਰੀ ਚੀਜ਼ ਹੈ, ਜਦੋਂ ਪੰਚਾਇਤੀ ਰਾਜ ਸੈਟਅਪ ਦੀ ਇੱਕ ਗੱਲ ਆਉਂਦੀ ਹੈ 94 ਦੀ, ਵੱਖ ਵੱਖ ਸਟੇਟਾਂ ਦੇ ਆਪਣੇ ਆਪਣੇ ਐਕਟ ਨੇ, ਔਰ ਇਹਦੇ ਨਾਲ 3 ਐਕਟ ਪਿੰਡ ਨਾਲ ਬਹੁਤ ਜ਼ਰੂਰੀ ਜੁੜੇ ਹੋਏ ਨੇ। ਇੱਕ ਇਹ ਪੰਚਾਇਤੀ ਰਾਜ ਐਕਟ, ਇੱਕ 1961 ਦਾ ਜਿਹੜਾ ਸ਼ਾਮਲਾਟ ਨਾਲ ਜ਼ਮੀਨ ਨਾਲ ਸੰਬੰਧਿਤ ਹੈ ਉਹ ਐਕਟ,
ਤੇ ਇੱਕ ਮਨਰੇਗਾ ਦਾ। ਇਹ ਤਿੰਨ ਐਕਟ ਪੰਜਾਬ ਦੇ ਪਿੰਡਾਂ ਦੀ ਜੀਵਨ ਨਾਲ ਜੁੜੇ ਹੋਏ ਨੇ, ਬਹੁਤ ਜ਼ਰੂਰੀ ਚੀਜ਼ਾਂ ਦੀ ਇਹ ਕਲੱਬ ਕਰਨ ਦੀ ਗੱਲ ਹੈ। ਔਰ ਜਦੋਂ ਦਾ ਉਹ 2013 ਦਾ ਲੈਂਡ ਐਕੁਜੀਸ਼ਨ ਐਕਟ, ਜ਼ਮੀਨ ਲੈਣ ਦਾ ਜਿਹੜਾ ਕਾਨੂੰਨ ਆ ਉਹ ਤਬਦੀਲ ਹੋਇਆ, ਔਰ ਜੇ ਕਾਂਗਰਸ ਨਾਲ ਰਾਹੁਲ ਗਾਂਧੀ ਨਾਲ ਅਤੇ ਸੋਨੀਆ ਗਾਂਧੀ ਨਾਲ ਕਾਰਪੋਰੇਟ ਸਭ ਤੋਂ ਜ਼ਿਆਦਾ ਨਾਰਾਜ਼ ਹੋਇਆ, ਬਾਕੀ ਕੋਈ ਗੱਲ ਨਹੀਂ ਹੈ। ਉਹ ਕੇਵਲ ਲੈਂਡ ਐਕੁਜੀਸ਼ਨ ਐਕਟ ਹੈ ਵੱਡਾ, ਜਿਹਦੇ ਕਰਕੇ ਉਹ ਸਾਰਾ ਇੱਕ ਪਾਸੇ ਖੜ ਗਿਆ ਮੋਦੀ ਨਾਲ ਹੋ ਕੇ। ਵੀ ਤੁਸੀਂ ਡਾਕਟਰ ਮਨਮੋਹਨ ਸਿੰਘ ਤੱਕ ਉੱਥੇ ਤੱਕ ਕਹਿ ਕੇ ਆਏ ਉਹ ਬੰਦੇ ਵੀ ਇਹ ਇੱਕ ਨਾ ਕਰੋ, ਬਾਕੀ ਹੋਰ ਕਰ ਲਓ ਜਿਹੜਾ ਕੁਛ ਕਰਨਾ ਤੁਸੀਂ ਉਦੋਂ, ਕਿਉਂਕਿ ਇੱਕ ਮੂਵਮੈਂਟ ਸੀ। ਹਜ਼ਾਰਾਂ ਬੰਦਾ ਦਿੱਲੀ ਤੱਕ ਤੁਰ ਕੇ ਆ ਰਿਹਾ ਸੀਗਾ ਪੈਦਲ, ਟ੍ਰਾਈਬਲ ਬੰਦਾ, ਐਂ ਨਹੀਂ ਉਹ ਖਲਾਚ ਹੋ ਗਿਆ, ਆਪਣੇ ਆਪ ਹੋ ਗਿਆ ਜਾਂ ਬਾਕੀ ਦੀਆਂ ਚੀਜ਼ਾਂ ਨੇ। ਉਹ ਮੂਵਮੈਂਟ ਪੰਜਾਬ ਨਹੀਂ ਸੀ ਉਹਦੇ 'ਚ ਉਸ ਲੈਵਲ ਦਾ ਪਾਰਟਨਰ, ਬਾਕੀ ਦੁਨੀਆ ਦੇਸ਼ ਲੜ ਰਿਹਾ ਸੀ ਉਸ ਸਾਰੇ ਮਾਮਲੇ ਦੇ ਵਿੱਚ। ਉਹਨੇ ਕੀ ਕੀਤਾ, ਉਸ ਐਕਟ ਨੇ ਇੱਕ ਤਬਦੀਲੀ ਕੀਤੀ ਜਿਹਨੂੰ BJP ਰੂਲ ਸਟੇਟਸ ਨੇ ਹੁਣ ਸਟੇਟਾਂ ਰਾਹੀਂ ਰੱਦ ਕਰਨਾ ਸ਼ੁਰੂ ਕੀਤਾ, ਅਤੇ ਮੋਦੀ ਨੇ ਆ ਕੇ 2015 'ਚ ਆਰਡੀਨੈਂਸ ਵੀ ਕਰਤਾ ਸੀ ਪਰ ਉਹ ਨਹੀਂ ਚੱਲਿਆ ਲੋਕਾਂ ਦੇ ਵਿਰੋਧ ਦੇ ਕਰਕੇ ਵੱਡੇ ਪੱਧਰ ਦੇ ਉੱਤੇ। ਉਹ 'ਚ ਦੋ ਵੱਡੀਆਂ ਤਬਦੀਲੀਆਂ ਹੋਈਆਂ। ਨੰਬਰ ਇੱਕ ਵੱਡੀ ਤਬਦੀਲੀ ਇਹ ਹੋਈ ਕਿ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਈ ਜਾਏਗੀ ਜਿਹੜੇ ਵੀ ਪਿੰਡ ਦੀ ਜ਼ਮੀਨ ਲੈਣੀ ਹੈ, ਮਤਲਬ ਸਮਾਜ 'ਤੇ ਕੀ ਅਸਰ ਪੈਣਾ ਜੇ ਜ਼ਮੀਨ ਲੈਣੀ ਹੈ। ਉਹ ਇਕੱਲਾ ਕਿਸਾਨ 'ਤੇ ਨਹੀਂ, ਬੇਜ਼ਮੀਨੇ ਬੰਦੇ 'ਤੇ ਕੀ ਅਸਰ ਪੈਣਾ, ਮਜ਼ਦੂਰ 'ਤੇ ਕੀ ਅਸਰ ਪੈਣਾ, ਦੁਕਾਨਦਾਰ 'ਤੇ ਕੀ ਅਸਰ ਪੈਣਾ, ਵੱਖ ਵੱਖ 'ਤੇ ਕੀ ਅਸਰ ਪੈਣਾ, ਉਹਦਾ ਹਿਸਾਬ ਕਿਤਾਬ ਲਾਇਆ ਜਾਏਗਾ। ਉਹਦੇ ਵੀ 10 ਸਾਲਾਂ ਤੱਕ ਉਹਦੀ ਇਕਾਨਮੀ ਜਿੰਨੀ ਡੈਂਟ ਪਿਆ ਉਹਨੂੰ ਪੈਸੇ ਦੇਣੇ ਪੈਣਗੇ, ਕੰਪਨਸੇਸ਼ਨ ਉਹਨੂੰ ਵੀ ਦੇਣਾ ਪਏਗਾ ਜਿਹੜੇ ਬਾਕੀ ਦੇ ਲੋਕਾਂ ਦੇ ਵਿੱਚ ਜਦੋਂ ਕੋਈ ਇਹ ਗੱਲ ਆਏ। ਦੂਜੀ ਗੱਲ ਉਹਦੇ 'ਚ ਇਹ ਕੀਤੀ ਕਿ ਸ਼ਹਿਰੀ ਦੇ ਨੇੜੇ ਆ ਤਾਂ ਮਾਰਕੀਟ ਰੇਟ ਦਾ ਡਬਲ, ਜੇ ਦੂਰ ਆ 4 ਗੁਣਾ ਦੇਣਾ ਪਏਗਾ, ਜਿਹੜਾ ਮਾਰਕੀਟ ਰੇਟ ਦਾ 4 ਗੁਣਾ, ਕਿਉਂਕਿ ਤੁਸੀਂ ਉਹਦੀ ਇੱਛਾ ਤੋਂ ਬਿਨਾਂ ਲੈ ਰਹੇ ਹੋ। ਤੀਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹਦੇ ਤੋਂ ਲਗਾਤਾਰ ਕਾਰਪੋਰੇਟ ਡਰਦਾ ਕਿ ਪ੍ਰਾਈਵੇਟ ਦਾ ਤਾਂ ਮਤਲਬ ਨਹੀਂ, ਜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਵੀ ਜ਼ਮੀਨ ਲੈਣੀ ਹੈ ਤਾਂ ਗ੍ਰਾਮ ਸਭਾ ਦੇ 70% ਨੁਮਾਇੰਦਿਆਂ ਦੀ ਕੰਸੈਂਟ ਜ਼ਰੂਰੀ ਹੈ, ਸਹਿਮਤੀ ਜ਼ਰੂਰੀ ਹੈ। ਪ੍ਰਾਈਵੇਟ ਨੇ ਲੈਣੀ ਹੈ ਤਾਂ 80% ਦੀ ਸਹਿਮਤੀ ਜ਼ਰੂਰੀ ਹੈ। ਉਹ ਸੇਹ ਦੇ ਤੱਕੜੇ ਵਾਂਗ ਖੜ੍ਹੀ ਹੈ ਵਿੱਚ, ਤੁਸੀਂ ਸਿੱਧੀ ਜ਼ਮੀਨ ਨਹੀਂ ਹੁਣ ਉਸ ਲੈ ਦੇ। ਆ ਜਿਹੜੇ ਮਾੜੀ ਮੋਟੀ ਲੜਾਈ ਹੋ ਸਕਦੀ ਹੈ ਨਾ, ਇੰਨਾ ਰੇਟ ਅਗਲਾ ਕਹਿੰਦਾ ਵੱਧ ਦੇ ਦਿਓ, ਕੋਈ ਨਹੀਂ ਯਾਰ ਇੱਕ ਵਾਰ ਪੰਗਾ ਤਾਂ ਕਰੋ, ਔਰ ਜੇ ਉਹਦੇ 'ਚ ਤੁਸੀਂ ਖੜ੍ਹ ਜਾਣ, ਇਹਨੂੰ ਅਮੈਂਡ ਕਰਨ ਦੀ ਟਰਾਈ ਹੈ। ਜਿਹੜਾ ਕਿਸਾਨ ਅੰਦੋਲਨ ਜਿਹੜੀ ਪਿੱਠ ਭੂਮੀ ਦੇ ਵਿੱਚ ਖੜ੍ਹਾ ਹੈ, ਉਹ ਸਾਰਾ ਅੰਦੋਲਨ ਉਜਾੜੇ ਦੇ ਖਿਲਾਫ ਖੜ੍ਹਾ ਹੈ, ਅਤੇ ਇਸੇ ਕਰਕੇ ਖੜ੍ਹਾ ਕਿ ਜ਼ਮੀਨਾਂ ਨਾ ਜਾਣ। ਅਤੇ ਉਹ ਜਿਹੜਾ 13 ਦਾ ਐਕਟ ਹੈ, ਹੁਣ ਕਹਿ ਦਿਓ ਵੀ ਇਹ ਤਾਂ ਜੀ ਕਾਰਪੋਰੇਟ ਸੀਗੀ, ਉਹਦੀ ਸਰਕਾਰ ਸੀ, ਇਹਦੀ ਸਰਕਾਰ ਸੀ, ਫਲਾਨਾ ਸੀ, ਸਰਕਾਰ ਕੋਈ ਹੋਵੇ, ਜਿਹੜਾ ਐਕਟ ਬਣ ਗਿਆ ਜੇ ਉਹ ਪਬਲਿਕ ਦੇ ਹੱਕ 'ਚ ਭੁਗਤਦਾ ਤਾਂ ਉਹਨੂੰ ਓਨ ਕਰਕੇ ਉਹਦੇ ਥੋੜ੍ਹਾ ਜਾਗਰੂਕਤਾ ਫੈਲਾ ਕੇ ਉਹਦੇ ਬਾਰੇ ਪਿੰਡ ਪਿੰਡ ਜਾਗਰੂਕਤਾ ਕਰਕੇ ਲੋਕਾਂ ਨੂੰ ਖੜ੍ਹੇ ਕਰਨਾ ਪਊਗਾ ਉਹਦੇ ਖਿਲਾਫ ਜਿਹੜਾ ਤੁਹਾਡੇ ਕੋਲ ਇੱਕ ਐਕਟ ਆਇਆ। ਨਹੀਂ ਤਾਂ ਸੁੱਤੇ ਸਿੱਧੀ ਬਦਲ ਜੂਗਾ ਜਦ ਤੱਕ ਪਤਾ ਹੀ ਨਹੀਂ ਲੱਗਣਾ ਗੱਲ ਕੀ ਹੈ। ਉਹਦੇ ਕਰਕੇ ਪੰਜਾਬ ਦਾ ਜਿਹੜਾ ਮੈਂ 1961 ਦੀ ਐਕਟ ਦੀ ਗੱਲ ਕਰਦਾ ਸ਼ਾਮਲਾਟ ਵਾਲਾ, ਇਹ ਖਤਰੇ 'ਚ ਪਹੁੰਚ ਗਿਆ। ਕਿਉਂ ਹੁਣ ਸਰਕਾਰਾਂ ਪੰਜਾਬ ਦੀਆਂ ਕੀ ਕਰ ਰਹੀਆਂ ਨੇ, ਉਹ ਕਹਿੰਦੇ ਸ਼ਾਮਲਾਟ ਜ਼ਮੀਨਾਂ ਲੈ ਲਓ ਪਹਿਲਾਂ ਸਾਰੀਆਂ, ਉਹਦੇ ਨਾਲ ਪਿੰਡ ਵੀ ਜਾਊਗਾ, ਉਹਦੇ ਨਾਲ ਸਾਰਾ ਚੀਜ਼ਾਂ ਵੀ ਜਾਣਗੀਆਂ। ਇਹਦੇ 3-4 ਪਹਿਲੂ ਨੇ। ਸਭ ਤੋਂ ਪਹਿਲਾਂ ਰਾਜਪੁਰੇ ਵਾਲੀ 1000 ਏਕੜ ਤੋਂ ਜ਼ਿਆਦਾ, ਜਿਹੜੇ ਕਿੰਨੇ ਪਿੰਡਾਂ ਦੀ, 4 ਪਿੰਡਾਂ ਦੀ ਲਈ ਹੈ। 955 ਏਕੜ ਮੱਤੇਵਾੜੇ ਵਾਲੀ ਲਈ ਹੈ, ਬਾਕੀ ਛੋਟੀਆਂ ਤਾਂ ਗੱਲ ਹੀ ਛੱਡ ਦਿਓ, ਜਿਹੜੀ ਮਰਜ਼ੀ ਪੰਚਾਇਤ ਤੋਂ ਸਰਪੰਚ ਦੇ ਗਲ ਗੁੱਠਾ ਦੇ ਕੇ ਕਹੋ ਕਿ ਆਹ ਚਾਹੀਦੀ ਹੈ ਤੇਰੀ ਜ਼ਮੀਨ, ਉਹ ਦੇ ਦਿੰਦੇ ਨੇ ਪੰਚਾਇਤਾਂ। ਐਡੀ ਪੰਚਾਇਤਾਂ ਦਾ ਐਡਾ ਕੋਈ ਲੈਵਲ ਨਹੀਂ ਅਜੇ ਤੱਕ ਇਹ ਬਣਿਆ ਕਿ ਅਸੀਂ ਖੜ੍ਹੇ ਹਾਂ ਜਾਂ ਬਾਕੀ ਦੀਆਂ ਚੀਜ਼ਾਂ ਨੇ। ਉਹ ਲੈਂਡ ਕਿਸੇ ਪੰਚਾਇਤ ਦੀ ਨਹੀਂ ਹੈ, ਪੰਚਾਇਤ ਕੇਅਰ ਟੇਕਰ ਹੈ। ਉਹ ਜ਼ਮੀਨ ਪਿੰਡ ਦੀ ਵਿਰਾਸਤ ਹੈ, ਉਹ ਪਿੰਡ ਵੀ ਰਲ ਕੇ ਨਹੀਂ ਵੇਚ ਸਕਦਾ। ਵਿਰਾਸਤ ਵਿਰਾਸਤ ਹੁੰਦੀ ਹੈ, ਉਹਨੂੰ ਤੁਸੀਂ ਵੇਚ ਨਹੀਂ ਸਕਦੇ ਹੁੰਦੇ ਕਿਸੇ ਵੀ ਮਾਮਲੇ ਦੇ ਵਿੱਚ। ਜਿਹੜੀਆਂ ਇਮਾਰਤਾਂ ਨੂੰ ਵਿਰਾਸਤੀ ਇਮਾਰਤ ਕਰਾਰ ਦਿੱਤਾ ਜਾਏ, ਜਿਹੜੇ ਕਿਸੇ ਵੀ ਮੋਨੂਮੈਂਟ ਨੂੰ ਦਿੱਤਾ ਜਾਏ, ਉਹਦੀ ਰੱਖਿਆ ਕਰਨੀ ਹੁੰਦੀ ਹੈ, ਉਹਨੂੰ ਚੱਕ ਕੇ ਵੇਚ ਨਹੀਂ ਦੇਣਾ ਹੁੰਦਾ। ਕਦੇ ਪਸ਼ੂ ਬਾੜੇ ਬਣਾਉਣੇ ਨੇ 25-25 ਏਕੜ ਲੈ ਲਓ, ਕਦੇ ਆਦਰਸ਼ ਸਕੂਲ ਜਿਹੜੇ ਬੰਦ ਹੀ ਹੋਣੇ ਨੇ ਬੰਦ ਹੋ ਗਏ ਨੇ 15-15 ਏਕੜ ਲੈ ਲਓ। ਪਿੰਡ ਦੀ ਜਾਨ ਕੱਢੀ ਜਾ ਰਹੀ ਆ ਉਸ ਸਾਰੇ ਮਾਮਲੇ ਦੇ ਵਿੱਚ, ਜਿਹੜੀ ਜ਼ਮੀਨ ਜਿਹਦੇ ਆਸਰੇ ਉਹ ਖੜ੍ਹਦਾ, ਔਰ ਜੇ ਅੰਦੋਲਨ ਹੋ ਰਹੇ ਨੇ ਉਸ ਮਾਮਲੇ ਦੇ ਵਿੱਚ ਹੋ ਰਹੇ ਨੇ। ਇਸ ਕਰਕੇ ਸਭ ਤੋਂ ਬੜਾ ਅਟੈਕ ਜਿਹੜਾ ਆਉਣ ਵਾਲੇ ਸਮੇਂ ਦਾ ਉਹ ਕਿਸਾਨਾਂ ਦੇ ਨਾਲ ਨਾਲ ਪਿੰਡ ਦੀ ਸਾਂਭਲਣ ਜ਼ਮੀਨ ਸੌਖੀ ਲਈ ਜਾਂਦੀ ਹੈ, ਇੱਕ ਮਤਾ ਪਵਾ ਕੇ ਲੈ ਲੈਂਦੇ ਨੇ। ਜੇ ਗ੍ਰਾਮ ਸਭਾਵਾਂ ਸਰਗਰਮ ਨਾ ਹੋ ਜਾਣ ਤਾਂ ਪੰਚਾਇਤਾਂ ਤੋਂ ਤਾਂ ਜਿਹੜੀ ਮਰਜ਼ੀ ਬਣਾ ਦਿਓ, ਚੰਗਾ ਬੰਦਾ ਬਣਾ ਦਿਓ ਜੀ, ਮਾੜਾ, ਮੇਰਾ ਬੰਦਿਆਂ 'ਤੇ ਨਹੀਂ ਕੋਈ ਗੱਲ, ਬੰਦੇ ਨਹੀਂ ਮਾੜਾ ਮੈਟਰ ਕਰਦੇ ਹੁੰਦੇ, ਠੀਕ ਹੈ ਉਹਦਾ ਥੋੜ੍ਹਾ ਬਹੁਤ ਫਾਇਦਾ ਹੁੰਦਾ ਟੈਕਨੀਕਲੀ, ਪਰ ਜਿੰਨਾ ਚਿਰ ਉਹ ਸੰਸਥਾ ਨਹੀਂ ਖੜ੍ਹੀ ਹੁੰਦੀ,
ਸੰਸਥਾ 'ਚ ਸੂਝਬੂਝ ਪੈਦਾ ਨਹੀਂ ਹੁੰਦੀ, ਉਹ ਬੈਠ ਕੇ ਨਹੀਂ ਬੈਠੂਗੀ, ਮਤਲਬ ਇਕੱਠੇ ਹੋ ਕੇ ਬੈਠ ਕੇ ਕਹੇ ਪੰਚਾਇਤ ਨੂੰ ਕਿ ਮਤਾ ਨਹੀਂ ਪਾਇਆ ਜਾ ਸਕਦਾ। ਉਹ ਆਰਡਰ ਕਰੇ ਆਪਣੇ ਗ੍ਰਾਮ ਸਭਾ ਦੇ ਇਜਲਾਸ 'ਚ ਵੀ ਅੱਗੇ ਧੁੱਪ ਜ਼ਮੀਨ ਦੇ ਬਾਰੇ, ਕੋਈ ਵੀ ਪੰਚਾਇਤ ਜਿਹੜੀ ਸਾਡੀ ਬਣੀ ਹੈ ਇਹ ਗ੍ਰਾਮ ਸਭਾ ਦੇ ਵਿੱਚ ਮਤਾ ਲਿਆਏ ਤੋਂ ਬਿਨਾਂ ਨਹੀਂ ਦਿੱਤੀ ਜਾਂ ਲਈ ਜਾ ਸਕਦੀ, ਇਹਦੇ ਬਾਰੇ ਕੋਈ ਫੈਸਲਾ ਨਹੀਂ ਕਰੂਗੀ ਪੰਚਾਇਤ। ਹਰ ਪੰਚਾਇਤ ਹਰ ਪਿੰਡ ਦੇ ਵਿੱਚ ਆਉਣ ਵਾਲੇ ਸਮੇਂ ਦੀ ਜਿਹੜੀ ਨਵੀਂ ਪੰਚਾਇਤ ਹੋਏਗੀ ਜਦੋਂ ਚੁਣੀਆਂ ਜਾਣਗੀਆਂ, ਚੁਣਨ ਤੋਂ ਬਾਅਦ ਪਹਿਲਾ ਮਤਾ ਇਹ ਪੈਣਾ ਚਾਹੀਦਾ ਕਿ ਗ੍ਰਾਮ ਸਭਾ ਤੋਂ ਬਿਨਾਂ ਨਹੀਂ ਇੱਕ ਪਏਗਾ। ਮੈਂ ਤਾਂ ਇਹ ਗੱਲ ਕਰ ਰਿਹਾ, ਨਲਾਸ ਪਿੰਡ ਦੀ ਜ਼ਮੀਨ 65 ਕਰੋੜ ਰੁਪਈਆ ਉਹਨਾਂ ਨੂੰ ਮਿਲਿਆ ਸੀ, ਉਹਦਾ ਬਹੁਤਾ ਹਿੱਸਾ ਕਹਿਣ ਲੱਗ ਗਏ ਵੀ ਇਹ ਵੀ ਤੇਰੀ ਆਮਦਨ ਹੈ, ਇਹਦਾ ਪੈਸਾ ਦਿਓ ਜੀ, ਉਹਨੂੰ ਆਮਦਨ 'ਚ ਬਣਾ ਕੇ ਪੈਸਾ ਸਰਕਾਰਾਂ ਲੈ ਜਾਂਦੀਆਂ ਨੇ, ਪ੍ਰਿੰਸੀਪਲ ਸੈਕਟਰੀ ਰੈਵਨਿਊ ਤੱਕ ਹਿੱਸਾ ਭਾਲਦੇ ਨੇ, ਔਰ ਜਦੋਂ ਖੜ ਗਏ ਤਾਂ ਉਹਨਾਂ ਨੂੰ ਕਹਿੰਦੇ ਬੰਦਾ ਫਸਿਆ ਗੱਲ ਕਰਦਾ, ਮੁੜ ਕੇ ਫਿਰ ਉੱਥੇ ਹੀ ਮੁਕਰ ਜਾਂਦੇ ਨੇ ਬੰਦੇ। ਉਹਨਾਂ ਨੂੰ ਕਿਹਾ, ਗ੍ਰਾਮ ਸਭਾ ਬੁਲਾਈ ਉਹਨਾਂ ਨੇ, ਪੰਚਾਇਤ ਨੂੰ ਹਦਾਇਤ ਕੀਤੀ ਕਿ ਸਾਡੀ ਆਮਦਨ ਨਹੀਂ ਹੈ, ਇਹ ਵੇਚੇ ਗਏ ਸਾਧਨ ਨੇ, ਸਾਡੇ ਤਾਂ ਪਿੰਡ ਦੀ ਚਲੀ ਗਈ ਜਿਹੜੇ ਫਿਊਚਰ ਹੈ, ਇਹ FDIਆਂ ਹੋਣਗੀਆਂ, ਇਹਦਾ ਵਿਆਜ ਸਾਡੀ ਆਮਦਨ ਹੋਏਗਾ, ਕੇਵਲ ਵਿਆਜ ਪੰਚਾਇਤ ਨੂੰ ਵਰਤਣ ਦਾ ਹੱਕ ਹੋਏਗਾ, ਜਿਹੜਾ ਓਰੀਜਨਲ ਇਹ ਸਾਡਾ ਪੈਸਾ ਇਹ ਵਰਤਣ ਦਾ ਹੱਕ ਨਹੀਂ ਹੋਏਗਾ ਬਿਨਾਂ ਗ੍ਰਾਮ ਸਭਾ ਦੀ ਕੰਸੈਂਟ ਤੋਂ। ਅਤੇ ਤੜਫਦੇ ਨੇ ਅਧਿਕਾਰੀ ਉਹ ਸਾਰੇ ਮਾਮਲੇ ਦੇ ਨਾਲ ਮੁੜ ਕੇ, ਕਿਉਂਕਿ ਕੁਝ ਨਹੀਂ ਕਰ ਸਕਦੇ, ਹੋਰ ਕੋਈ ਗੱਲ ਨਹੀਂ ਹੈ ਕਿਤੇ। ਇਹ ਤਾਕਤ ਹੈ ਜੀ ਗ੍ਰਾਮ ਸਭਾ ਦੀ, ਜਿਹੜੀ ਅਸੀਂ ਕਹਿੰਦੇ ਹਾਂ ਕਿ ਜੀ ਲੋਲੀਪੋਪ ਹੈ, ਲੋਲੀਪੋਪ ਨਹੀਂ ਹੈ, ਇਹ ਰੀਅਲ ਪਾਵਰ ਹੈ। ਕਦੇ ਕਰਕੇ ਦੇਖੋ ਕਿਸੇ ਪਿੰਡ 'ਚ ਜਾ ਕੇ, ਇਕੱਲੀ ਇੰਟਲੈਕਚੁਅਲ ਐਕਟੀਵਿਟੀ ਦਾ ਬਾਕੀ ਦੀ ਗੱਲ ਨਹੀਂ ਹੈ, ਜੇ ਔਰਗੈਨਿਕ ਤਰੀਕੇ ਨਾਲ ਪਿੰਡ ਨਾਲ ਜੁੜ ਕੇ ਐਕਸਰਸਾਈਜ਼ ਕਰਕੇ ਪਾਵਰ ਨਹੀਂ ਦੇਖੀ, ਉਹਨਾਂ ਚਿਰ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਉਹ ਗੱਲ ਹਲਕੀ ਹੁੰਦੀ ਹੈ, ਕਈ ਵਾਰ ਉਸ ਪੱਧਰ ਦੇ ਉੱਤੇ ਨਹੀਂ ਵਾਪਰਦੀ ਹੁੰਦੀ। ਮੇਰੇ ਪਿੰਡ ਦਾ ਆਪਣਾ ਝਗੜਾ, ਉਹ ਆ ਗਏ ਸੀ ਕਹਿੰਦੇ 25 ਏਕੜ ਜ਼ਮੀਨ ਵੀਡੀਓ ਲਿਖਾ ਗਿਆ ਸੀਗਾ, ਅਤੇ ਗ੍ਰਾਮ ਸਭਾ ਨੇ ਰੋਕੀ ਆ, ਕੋਈ ਇੰਚ ਨਹੀਂ ਗਿਆ ਮੁੜ ਕੇ ਕਿਸੇ ਵੀ ਮਾਮਲੇ ਦੇ ਵਿੱਚ, ਅਤੇ ਮੁੜ ਕੇ ਗਿਆ ਨਹੀਂ ਆ ਉਸ ਪਾਸੇ ਵੱਲ। ਇਸੇ ਕਰਕੇ ਸਾਰੇ ਜਿਹੜੇ ਸਵਾਲ ਨੇ, ਜਦੋਂ ਗ੍ਰਾਮ ਸਭਾ ਦਾ ਪਾਵਰ ਦਾ ਸਵਾਲ, ਸਭ ਤੋਂ ਪਹਿਲਾ ਨੁਕਤਾ ਸਾਡਾ ਇਹ ਹੈ ਆਪਣਾ ਕਿ ਲੋਕ ਬੈਠਣ ਲੱਗਣ ਮਿਲ ਕੇ। ਇਹ ਗੱਲ ਬਿਲਕੁਲ ਠੀਕ ਹੈ, ਕੋਈ ਬੰਦਾ ਨੋਨ ਪੋਲੀਟੀਕਲ ਕੋਈ ਚੀਜ਼ ਨਹੀਂ ਹੁੰਦੀ, ਗੈਰ ਰਾਜਨੀਤਿਕ ਕੁਛ ਚੀਜ਼ ਨਹੀਂ, ਗੈਰ ਪਾਰਟੀ ਹੋ ਸਕਦੀ ਹੈ। ਅਸੀਂ ਅਸਲ 'ਚ ਕਹਿਣਾ ਇਹ ਚਾਹੁੰਦੇ ਹਾਂ ਕਿ ਪਿੰਡ 'ਚੋਂ ਪਾਰਟੀਬਾਜ਼ੀ ਬੰਦ ਕਰਨੀ ਹੈ, ਕਹੇ ਜਾਂਦੇ ਹਾਂ ਕਿ ਅਸੀਂ ਗੈਰ ਰਾਜਨੀਤਿਕ ਕੰਮ ਕਰਨਾ ਹੈ, ਗੈਰ ਰਾਜਨੀਤਿਕ ਕੁਝ ਨਹੀਂ ਹੋਊਗਾ, ਰਾਜਨੀਤਿਕ ਸੋਝੀ ਦਾ ਨਾਮ ਹੈ, ਸਾਡੀ ਮੁਹਾਵਰਾ ਇਹ ਬਣਨਾ ਚਾਹੀਦਾ ਅਸਲ 'ਚ। ਉਹ ਤਾਂ ਕਾਰਪੋਰੇਟ ਇਹ ਚਾਹੁੰਦਾ ਹੈ, ਰਾਜਨੀਤੀ ਗੰਦੀ ਕਰੋ, ਇਹਨਾਂ ਨੂੰ ਕਹੋ ਤੁਸੀਂ ਰਾਜਨੀਤਿਕ 'ਚ ਨਹੀਂ ਆਉਣਾ, ਇਹ ਗੰਦੀ ਖੇਡ ਹੈ, ਫਲਾਨਾ ਹੈ, ਧਿਮਕਾ ਹੈ, ਤਾਂ ਉਹਦਾ ਆਈਡੀਅਮ ਹੈ। ਜੇ ਅਸੀਂ ਉਸੇ 'ਤੇ ਚੜ ਗਏ, ਇਹ ਮੁਹਾਵਰਾ ਦੇਣ ਲੱਗ ਗਏ ਲੋਕਾਂ ਨੂੰ ਵੀ ਆਪਾਂ ਰਾਜਨੀਤੀ ਨਹੀਂ ਕਰਨੀ, ਉਹ ਤਾਂ ਵਿਚਾਰੇ ਪਹਿਲਾਂ ਹੀ ਨਹੀਂ ਕਰ ਰਹੇ, ਰਾਜਨੀਤੀ ਉਸ ਲੈਵਲ 'ਤੇ ਨਹੀਂ ਹੈ, ਤਾਂ ਕਰਨਗੇ ਕੀ? ਅਸੀਂ ਦੱਬ ਕੇ ਰਾਜਨੀਤੀ ਕਰਨੀ ਹੈ, ਰਾਜਨੀਤੀ ਕਰਨੀ ਹੈ ਆਪਣੇ ਪਿੰਡ ਦੇ ਭਲੇ ਲਈ, ਸੂਬੇ ਦੇ, ਦੇਸ਼ ਦੇ, ਇਨਸਾਨੀਅਤ ਦੇ ਭਲੇ ਦੇ ਲਈ, ਸਧਾਰਨ ਮਨੁੱਖ ਦੇ ਭਲੇ ਦੇ ਲਈ, ਕੁਝ ਮੁਨਾਫਾਖੋਰਾਂ ਦੇ ਭਲੇ ਦੇ ਲਈ ਨਹੀਂ ਕਰਨੀ, ਅਤੇ ਬਾਕੀ ਦੀਆਂ ਚੀਜ਼ਾਂ ਇਹ ਨੇ, ਰਾਜਨੀਤੀ ਹੈ, ਉੱਥੇ ਪੈਰ ਕੱਢਣਾ। ਹਾਂ, ਪਿੰਡ ਨੇ ਇਹ ਕਰਨਾ, ਉਹ ਆਪੋ ਆਪਣੀ ਪਾਰਟੀ ਨੂੰ ਕਹਿਣਾ, ਉਹਨੇ ਜਿਹੜੇ ਵੀ ਸੱਜਣ ਪਾਰਟੀਆਂ ਨਾਲ ਨੇ, ਕਿ ਭਾਈ ਜਿੰਨੇ ਸਾਡੇ ਪਿੰਡ ਦੇ ਮਾਮਲੇ ਨੇ ਇਹਦੇ 'ਚ ਦਖਲ ਨਹੀਂ ਦੇਣਾ ਤੁਸੀਂ, ਪਿੰਡ ਅਸੀਂ ਆਪਣਾ ਫੈਸਲਾ ਆਪ ਕਰਾਂਗੇ। ਔਰ ਕਿਉਂਕਿ ਇਹ ਸੰਸਥਾਵਾਂ ਪੋਲਿਸੀ ਮੇਕਰ ਸੰਸਥਾਵਾਂ ਨਹੀਂ ਹੈ, ਇਹ ਇੰਪਲੀਮੈਂਟ ਕਰ ਰਹੀਆਂ ਨੇ, ਜੇ ਉਹ ਪੋਲਿਸੀ ਮੇਕਰ ਹੋਣ ਤਾਂ ਉਹਨਾਂ ਨੂੰ ਰਾਈਟ ਹੋਏਗਾ, ਕਰ ਲੈਣ ਪਾਰਟੀਆਂ, ਫਿਰ ਜਾਂ ਉਹਨੂੰ ਰਾਈਟ ਦਿਓ ਤੁਸੀਂ ਕਾਨੂੰਨ ਬਣਾਉਣ ਦਾ, ਰਾਜ ਸਭਾ ਜ਼ਿਲ੍ਹਾ ਪ੍ਰੀਸ਼ਦ ਨੂੰ ਵੀ ਦਿਓ ਜ਼ਿਲ੍ਹੇ ਦਾ ਕਾਨੂੰਨ ਬਣਾਉਣ ਦੇ, ਬਲਾਕ ਸਮਿਤੀ ਨੂੰ ਵੀ ਦਿਓ ਇਲੈਕਟਡ ਨੁਮਾਇੰਦਿਆਂ ਨੂੰ, ਔਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੈਗੀਆਂ ਨੇ, ਬਹੁਤ ਸਾਰੇ ਦੇਸ਼ਾਂ ਦੇ ਸ਼ਹਿਰਾਂ ਨੂੰ ਆਪੋ ਆਪਣਾ ਲਾਭ ਬਣਾਉਣ ਦਾ ਰਾਈਟ ਹੈ, ਆਪੋ ਆਪਣੇ ਬਾਕੀ, ਜਾਂ ਤਾਂ ਫਿਰ ਉੱਥੇ ਤੱਕ ਡੈਮੋਕ੍ਰੇਸੀ ਲਿਆਓ। ਜੇ ਤੁਸੀਂ ਉਹ ਨਹੀਂ ਲਿਆ ਸਕਦੇ ਤਾਂ ਤੁਹਾਨੂੰ ਇਸ ਕਰਕੇ ਨਹੀਂ ਦਖਲ ਦੇਣ ਦਾ ਰਾਈਟ ਕਿ ਤੁਸੀਂ ਉੱਪਰ ਬੈਠੇ ਹੋ, ਜ਼ਿਆਦਾ ਪਾਵਰਫੁੱਲ ਹੋ, ਔਰ ਇੱਥੇ ਦਖਲ ਨਹੀਂ ਦੇਣਾ ਐਜ ਏ ਪਾਰਟੀ। ਇਹ ਮੇਰਾ ਸਾਡਾ ਪਿੰਡ ਹੈ, ਸਾਡੇ ਪਿੰਡ ਦੀ ਇੱਕ ਸਾਂਝ ਹੈ, ਅਤੇ ਇਹਨੂੰ ਅਸੀਂ ਇਸ ਲੈਵਲ ਦੇ ਉੱਤੇ ਲਵਾਂਗੇ। ਬਹੁਤ ਚੀਜ਼ਾਂ ਕਰਦੇ ਆਪਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ, ਮੈਂ ਇਹ ਕੋਈ ਜੱਗੋ ਤੇਰ ਵੀ ਗੱਲ ਨਹੀਂ ਹੈ, ਕੋਈ ਦੇਸ਼ ਹਮਲਾ ਕਰਦੇ ਸਾਰੀਆਂ ਚੀਜ਼ਾਂ ਭੁੱਲ ਕੇ ਕਹਿੰਦੇ ਨੇ ਚਲੋ ਜੀ ਇਕੱਠੇ ਹੋਵੋ ਦੇਸ਼ ਵਾਸਤੇ, ਉਹ ਤਾਂ ਬਖਰੇਵੇਂ ਹੁੰਦੇ ਨੇ, ਦੁਸ਼ਮਣ ਵੀ ਹੁੰਦੇ ਨੇ ਇੱਕ ਦੂਜੇ ਦੇ, ਪਰ ਇਕੱਠੇ ਕਿਉਂ ਹੋ ਜਾਂਦੇ ਆ? ਕਿਉਂਕਿ ਦੇਸ਼ 'ਤੇ ਹਮਲਾ ਹੈ ਜੀ। ਜੇ ਸੂਬੇ 'ਤੇ ਹਮਲਾ ਹੋਵੇ ਤਾਂ ਸੂਬਾ ਲੜਦਾ ਹੀ ਹੈ ਨਾ, ਅਤੇ ਜੇ ਪਿੰਡ 'ਤੇ ਹਮਲਾ ਹੋ ਰਿਹਾ, ਪਿੰਡ ਕਿਉਂ ਨਹੀਂ ਇਕੱਠਾ ਜੀ? ਇਹ ਸਾਰੇ ਮਾਮਲੇ ਦੇ ਵਿੱਚ ਫਿਰ ਉਹ ਕਿਉਂ ਪਾਰਟੀਬਾਜ਼ੀ 'ਚ ਪੈ ਕੇ ਆਪਣਾ ਆਪ ਖਰਾਬ ਕਰੇ, ਆਪਣਾ ਅੱਗੇ ਤੋਰੇ ਜਾਂ ਬਾਕੀ ਦੀਆਂ ਚੀਜ਼ਾਂ ਕਰੇ, ਕਿਉਂ ਨਾ ਖੜਾ ਹੋਏ? ਕਿਉਂ ਆਪਣੀ ਆਪਣੀ ਪਾਰਟੀ ਨੂੰ ਨਾ ਕਹੇ ਕਿ ਹਾਂਜੀ ਅੱਗੇ ਜਾ ਕੇ ਆਪਾਂ ਇਸ ਤਰੀਕੇ ਨਾਲ ਕੰਮ ਕਰਨਾ? ਇਹ ਇਕੱਲੇ ਪਿੰਡ ਦਾ ਵੀ ਸਵਾਲ ਨਹੀਂ, ਈਵਨ ਲੋਕਲ ਬਾਡੀ ਸ਼ਹਿਰਾਂ ਦਾ ਵੀ ਇਹੀ ਹਾਲ ਹੈ, ਕੋਈ ਬਾਹਲਾ ਵਧੀਆ ਹਾਲ ਨਹੀਂ ਹੈ, ਕਿਉਂਕਿ 29 ਡਿਪਾਰਟਮੈਂਟ ਪੰਚਾਇਤੀ ਰਾਜ ਦੇ,
ਉਹਨਾਂ ਦੇ ਕਰਮਚਾਰੀ ਅਤੇ ਉਹਦਾ ਫਾਇਨਾਂਸ, ਜਿੰਨਾ ਚਿਰ ਫਾਇਨਾਂਸ ਨਾਲ ਨਹੀਂ ਦਿੰਦੇ ਉਹਦਾ ਕੋਈ ਫਾਇਦਾ ਨਹੀਂ ਹੈ, ਬਾਕੀ ਚੀਜ਼ਾਂ ਜੋ ਮਰਜ਼ੀ ਕਰਦੇ ਰਹੋ। ਬਲਕਿ ਗੌਰਮੈਂਟ ਤਾਂ ਇਹਦੂ ਉਲਟ ਕਰ ਰਹੀ ਹੈ, 20% ਤੋਂ ਲਿਆ ਕੇ 30-32% ਸਾਮਰਾਟ ਬੋਲੀ ਦੀ ਆਮਦਨ ਵੀ ਲੈ ਜਾਂਦੀ ਹੈ, ਜਿਹੜੀ ਚੱਕ ਕੇ ਲੈ ਜਾਂਦੀ ਹੈ। ਉਹ ਕਿਹੜੇ ਕਾਨੂੰਨ ਤਹਿਤ ਲਿਜਾਂਦੀ ਹੈ? ਜੇ ਤਾਂ ਇਸ ਮੁੱਦੇ 'ਤੇ ਵੀ ਸਾਡੀ ਜਿਹੜੇ ਲੀਡਰਸ਼ਿਪ ਹੈ ਪਿੰਡਾਂ ਦੀ, ਸਰਪੰਚ ਦੀ ਚਾਹਤ ਹੋਣਾ, ਖੜ੍ਹੇ ਹੋਣਾ ਚੰਗੀ ਗੱਲ ਹੈ, ਮੈਂਬਰ ਬਣਨ ਦੀ ਚਾਹਤ ਹੋਣਾ ਚੰਗੀ ਗੱਲ ਹੈ, ਹੋਣੀ ਚਾਹੀਦੀ ਹੈ, ਪਰ ਪਿੰਡ ਦਾ ਕੋਈ ਏਜੰਡਾ ਵੀ ਹੋਣਾ ਚਾਹੀਦਾ। ਇਕੱਲਾ ਮਤਲਬ ਦਲਾਲੀ ਕਰਨੀ ਹੈ SHO ਨਾਲ, ਥਾਣੇ ਜਾ ਕੇ, ਕਚਹਿਰੀ ਜਾ ਕੇ, ਲੀਡਰ ਕੋਲ ਜਾ ਕੇ, ਤਾਂ ਉਹ ਲੀਡਰਸ਼ਿਪ ਨਹੀਂ ਹੁੰਦੀ, ਉਹ ਦਲਾਲ ਪੈਦਾ ਕਰਦੀਆਂ ਨੇ ਚੀਜ਼ਾਂ। ਔਰ ਲੀਡਰਸ਼ਿਪ ਪੈਦਾ ਕਰਨੀ ਹੈ ਤਾਂ ਲੋਕਾਂ ਦੀ ਹਾਜ਼ਰੀ 'ਚ, ਲੋਕ ਗ੍ਰਾਮ ਸਭਾ ਰਾਹੀਂ ਕਰੋ, ਤੁਸੀਂ ਲੀਡਰ ਹੋਵੋਗੇ। 1,00,000 ਨੁਮਾਇੰਦਾ ਜਿਹੜਾ ਤੁਸੀਂ ਹੋਵੋਗੇ, ਪੰਜਾਬ ਦੀ ਕਿਸਮਤ ਬਦਲਣ ਦੇ ਵਾਲੇ ਬੰਦੇ ਬਣ ਜਾਓਗੇ ਜਦੋਂ ਲੀਡਰਸ਼ਿਪ ਉੱਥੋਂ ਅਮਰਜ ਹੋਏਗੀ, ਪਿੰਡ ਦੇ ਉਹਦੇ ਨਾਲ ਖੜ੍ਹੇਗੀ ਉਸ ਪੱਧਰ ਦੇ ਉੱਤੇ ਜਾ ਕੇ। ਔਰ ਇਸੇ ਲਈ ਇਸ ਸਮਾਜ ਦੇ ਵਿੱਚ ਜਿਹੜਾ ਗ੍ਰਾਮ ਸਭਾ ਨੂੰ ਦੇ ਰੂਪ ਦੇ ਵਿੱਚ ਬੈਠਣ ਲੱਗਣਾ ਪਹਿਲਾਂ, ਤਾਂ ਬਾਕੀ ਗੱਲਾਂ ਟੈਕਨੀਕਲ ਬਾਅਦ 'ਚ ਹੋ ਜਾਣਗੀਆਂ। ਜੇ ਇੱਕੋ ਦਿਨ 'ਚ ਅਸੀਂ ਕਹੀਏ ਵੀ ਇਹ ਠੀਕ ਹੋ ਜੇ, ਅੱਜ ਤੁਸੀਂ ਆਹ ਨਹੀਂ ਕੀਤਾ, ਆਹ ਗਲਤ ਹੋ ਗਿਆ, ਗਲਤ ਵੀ ਹੋ ਜੂਗਾ, ਕੀ ਫਰਕ ਪੈ ਜੂਗਾ ਉਹਦੇ 'ਚ? ਪਹਿਲਾਂ ਬੈਠਣ ਲੱਗਣਾ। ਦੂਜੀ ਗੱਲ, ਗ੍ਰਾਮ ਸਭਾ ਇੱਕ ਬਰਾਬਰੀ ਦੇਵੇਗੀ, ਸਾਰਾ ਪਿੰਡ ਬੈਠੂਗਾ। ਅਜੇ ਮੈਨੂੰ ਪਤਾ ਜਿਹੜੇ ਪਿੰਡਾਂ ਨੇ ਟਰਾਈ ਵੀ ਕੀਤੀ ਹੈ, ਅਜੇ ਥੋੜ੍ਹਾ ਜਿਹਾ ਉਹ ਪਰਿਵਾਰ ਜਿਹੜੇ ਸਾਧਨ ਸੰਪੰਨ ਨੇ ਉਹ ਨਹੀਂ ਆਉਂਦੇ, ਉਹ ਕਹਿੰਦੇ ਨੇ ਸਾਡੀਆਂ ਔਰਤਾਂ ਉੱਥੇ ਕਿੱਥੇ ਜਾ ਕੇ ਬੈਠਣਗੀਆਂ ਜੀ। ਇਹਦਾ ਮਤਲਬ ਹੈ ਇਹ ਲੀਡ ਦੇ ਰਹੀ ਆ ਗਰੀਬ ਔਰਤ ਨੂੰ, ਗਰੀਬ ਬੰਦੇ ਨੂੰ ਜਿਹੜਾ ਉੱਥੇ ਜਾ ਕੇ ਬੈਠ ਰਿਹਾ, ਜਿਹਦੀ ਜ਼ਰੂਰਤ ਹੈ। ਇਹ ਬਰਾਬਰੀ ਵਾਲਣ ਨੂੰ ਉਸ ਲੈਵਲ ਦਾ ਕਦਮ ਹੈ ਜਦੋਂ ਉੱਥੇ ਜਾ ਕੇ ਬੈਠੂਗਾ ਕਿ ਮੇਰੀ ਇਹ ਗੱਲ, ਚਾਹੇ ਉਹ ਮਨਰੇਗਾ 'ਚ ਹੋਵੇ, ਕੰਸਟਰਕਸ਼ਨ ਵਰਕਰ 'ਚ ਹੋਵੇ, ਹੋਰ ਕਿਸੇ ਫੀਲਡ ਦੇ ਵਿੱਚ ਹੋਵੇ, ਐਜੂਕੇਸ਼ਨ ਦਾ ਸਵਾਲ ਹੋਵੇ ਸਰਕਾਰੀ ਸਕੂਲਾਂ 'ਚ, ਜਾਂ ਸਿਹਤ ਦਾ ਸਵਾਲ ਹੋਵੇ, ਉਹ ਸਾਰੇ ਸਵਾਲ ਜਿਹੜੇ ਨੇ, ਚਾਹੇ ਔਰਤਾਂ ਦੇ ਆਪਣੇ ਮਸਲੇ ਹੋਣ, ਇਹ ਉੱਧਰ ਉਹਨੂੰ ਬੜਾਵਾ ਦੇਊਗੀ ਅਤੇ ਉਹਨੂੰ ਹੌਸਲਾ ਦੇਵੇਗੀ ਕਿ ਬੈਠ ਕੇ ਤੁਸੀਂ ਇਹ ਕੰਮ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ। ਔਰ ਜਦੋਂ ਉਹ ਬੈਠਣਗੇ ਤਾਂ ਉਹ ਸਭਾ ਜਿਹੜੀ ਹੈ ਜੀ, 'ਚ ਔਰਤਾਂ ਵੀ ਬਰਾਬਰ ਬੈਠਣਗੀਆਂ ਅਤੇ ਬੰਦੇ ਵੀ ਬਰਾਬਰ ਬੈਠਣਗੇ, ਥੋੜ੍ਹੀ ਗੰਭੀਰ ਸਭਾ ਹੁੰਦੀ ਹੈ ਮੁਕਾਬਲਤਨ। ਔਰ ਜੇਕਰ ਇਹ ਸਭਾਵਾਂ ਹੋਣ ਲੱਗ ਜਾਣ, ਜਿਹਨੂੰ ਚਾਹੇ ਕਹਿਣ ਨੂੰ ਅਸੀਂ ਪਿੰਡ ਦੀ ਪਾਰਲੀਮੈਂਟ ਕਹੋ ਜਾਂ ਜੋ ਮਰਜ਼ੀ ਕਹੋ, ਇਹਨੇ ਗ੍ਰਾਮ ਇਹਨੇ ਵਿਧਾਨ ਸਭਾ ਅਤੇ ਲੋਕ ਸਭਾ ਦਾ ਮਿਆਰ ਵੀ ਸੁਧਾਰ ਦੇਣਾ ਇੱਕ ਲੈਵਲ ਦਾ, ਕਿਉਂਕਿ ਇੱਕ ਕੰਪੈਰੀਜ਼ਨ ਹੋਏਗਾ। ਅੱਜ ਕੱਲ੍ਹ ਤੁਸੀਂ ਭਾਸ਼ਾ ਦੇਖੋ, ਜੋ ਰਾਜ ਸਭਾ ਇੱਥੇ ਵਿਧਾਨ ਸਭਾ 'ਚ ਵਾਪਰ ਰਹੀ ਹੈ, ਚੀਫ ਮਿਨਿਸਟਰ ਕੀ ਕਹਿ ਰਿਹਾ, ਆਹ ਜਿੰਦਾ ਲਾ ਦਿਓ ਜੀ ਇਹਨਾਂ ਨੂੰ, ਇਹ ਬਾਹਰ ਨਾ ਚਲੇ ਜਾਣ, ਕਦੇ ਕਹਿ ਰਹੇ ਇਹਨਾਂ ਨੂੰ ਤਾਂ ਸਪੀਕਰ ਸਾਹਿਬ ਬੁਲਾਇਆ ਹੀ ਨਾ ਕਰੋ, ਇਹ ਤੁਹਾਡੀ ਵਿਰੋਧੀ ਧਿਰ ਦੇ ਬਾਰੇ ਜਾਂ ਡੈਮੋਕ੍ਰੇਸੀ ਬਾਰੇ ਸਮਝ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਜਮਹੂਰੀਅਤ ਦੇ ਮਤਲਬ 'ਚ ਉਹ ਅਸੀਂ ਕਹਿੰਦੇ ਅਸੀਂ ਘੱਟ ਗਿਣਤੀ ਹਾਂ, ਸਾਡੀ ਸੁਣੋ। ਵੈਸੇ ਦੇਸ਼ 'ਚ ਇਹੀ ਕਹਿੰਦਾ ਨਾ ਵੀ ਘੱਟ ਗਿਣਤੀ ਦੀ ਸੁਣਨੀ ਬਹੁਤ ਜ਼ਰੂਰੀ ਹੈ, ਤਾਂ ਘੱਟ ਗਿਣਤੀ ਚੁਣੇ ਹੋਏ ਨੁਮਾਇੰਦਿਆਂ ਦੀ ਵੀ ਹੁੰਦੀ ਹੈ, ਉਹਨਾਂ ਨੂੰ ਵੀ ਸੁਣਨਾ ਓਨਾ ਹੀ ਜ਼ਰੂਰੀ ਹੁੰਦਾ ਜਾ ਕੇ ਕਿ ਭਾਈ ਤੁਸੀਂ ਦੱਸੋ ਪਹਿਲਾਂ ਸਭ ਤੋਂ ਜ਼ਿਆਦਾ ਕੀ ਹੈ, ਸਾਡੇ ਕੋਲ ਤਾਂ ਬਹੁਤ ਗਿਣਤੀ ਹੈਗੀ, ਅਸੀਂ ਉਹ ਕਰਨਾ ਉਹ ਤਾਂ ਕਰ ਹੀ ਲਵਾਂਗੇ, ਗੱਲ ਤੁਸੀਂ ਜ਼ਰੂਰ ਦੱਸੋ ਜੋ ਮਾਮਲਾ। ਔਰ ਉਸੇ ਮਾਇੰਡ ਸੈੱਟ ਦੇ ਕਰਕੇ ਹੌਲੀ ਹੌਲੀ ਇਹ ਤੰਤਰ ਉੱਧਰ ਨੂੰ ਜਾ ਰਿਹਾ, ਸਾਨੂੰ ਵੀ ਉੱਧਰ ਨੂੰ ਲੈ ਕੇ ਜਾ ਰਿਹਾ, ਜਿਹੜਾ ਅਸੀਂ ਕਹਿ ਰਹੇ ਨਾ ਉਹ ਸੁਧਰ ਨਹੀਂ ਰਿਹਾ। ਉਹ ਸੁਧਰ ਕਿਉਂ ਨਹੀਂ ਰਿਹਾ? ਕਿਉਂਕਿ ਦੇਸ਼ ਦੇ ਵਿੱਚ ਐਗਜੈਕਟਿਵ ਪਾਵਰ ਨੇ ਸਾਰਾ ਕੁਝ ਖਿੱਚ ਲਿਆ, ਜਿਹੜੀ ਵਿਧਾਨ ਪਾਲਿਕਾ ਦੀ ਤਾਕਤ ਸੀ ਉਹ ਵੀ ਐਗਜੈਕਟਿਵ ਲੈ ਗਈ ਹੈ, ਉਹ ਪ੍ਰਧਾਨ ਮੰਤਰੀ ਲੈ ਗਿਆ ਅਤੇ ਉੱਥੋਂ ਦੀ ਮਿਨਿਸਟਰੀ ਲੈ ਗਈ ਹੈ, ਅਤੇ ਪਹਿਲਾਂ ਆਰਡੀਨੈਂਸ ਹੁੰਦੇ ਨੇ, ਬਾਅਦ ਦੇ ਵਿੱਚ ਮਜੋਰਟੀ ਦੇ ਜ਼ੋਰ 'ਤੇ ਬਾਕੀ ਸਾਰੇ ਪਾਰਟੀਆਂ ਦੇ ਅੰਦਰੂਨੀ, ਕੋਈ ਜਮਹੂਰੀਅਤ ਨਹੀਂ, ਕੋਈ ਬੋਲਣ ਲਈ ਤਿਆਰ ਨਹੀਂ, ਬੋਲਣ ਜੋਗਾ ਹੈ ਨਹੀਂ, ਕੋਈ ਡਿਬੇਟ ਨਹੀਂ ਹੁੰਦੀ ਪਾਰਲੀਮੈਂਟ ਅਤੇ ਅਸੈਂਬਲੀਆਂ ਦੇ ਵਿੱਚ। ਇਹਦਾ ਮਤਲਬ ਕੀ ਹੈ? ਪਾਰਲੀਮੈਂਟ ਬਣੀ ਹੈ ਇਸ ਗੱਲ ਕਰਕੇ ਕਿ ਜਿਹੜੇ ਮੰਤਰੀ ਸਰਕਾਰ ਜਿਹੜੀ ਆ ਕੰਮ ਕਰਨਗੇ ਉੱਥੋਂ ਜਵਾਬਦੇਹੀ ਲਈ ਜਾ ਸਕੇ, ਉਹਨਾਂ ਨੂੰ ਸਵਾਲ ਕੀਤੇ ਜਾ ਸਕਣ। ਜੇ ਉਹ ਚੱਲਣੀ ਉਹਨੇ ਮਨੀਪੁਰ 'ਤੇ ਮੂਕ ਦਰਸ਼ਕ ਬਣ ਕੇ ਪ੍ਰਾਈਮ ਮਿਨਿਸਟਰ ਬੈਠਦਾ ਅਤੇ ਉਹ ਬੋਲਣ ਲਈ ਤਿਆਰ ਨਹੀਂ ਉਹਦੇ 'ਚ, ਅਤੇ ਇੱਥੇ ਦੇ ਅਸੈਂਬਲੀ 'ਚ ਚੀਫ ਮਿਨਿਸਟਰ ਜਵਾਬ ਦੇਣ ਲਈ ਤਿਆਰ ਨਾ ਹੋਵੇ, ਤਾਂ ਫਿਰ ਵਿਧਾਨ ਸਭਾ ਦਾ ਰਹਿ ਕੀ ਗਿਆ? ਵਿਧਾਨ ਸਭਾ ਕਿੱਥੇ ਹੈ? ਵਿਧਾਨ ਪਾਲਿਕਾ, ਵਿਧਾਨ ਪਾਲਿਕਾ ਕਮਜ਼ੋਰ ਹੋਣ ਦਾ ਨਤੀਜਾ ਤਾਨਾਸਾਰ ਰੋਲ। ਜੇ ਪਾਰਲੀਮੈਂਟ ਅਤੇ ਵਿਧਾਨ ਸਭਾ ਵੀ ਠੀਕ ਤਰੀਕੇ ਨਾਲ ਵਰਕਿੰਗ ਪੁਜੀਸ਼ਨ 'ਚ ਆਉਣਗੀਆਂ ਤਾਂ ਤਾਨਾਸ਼ਾਹੀ ਨੂੰ ਇੱਕ ਹੱਦ ਤੱਕ, ਮੈਂ ਨਹੀਂ ਕਹਿੰਦਾ ਉਹ ਸਾਰਾ ਕੁਛ ਸਤਿਯੁਗ ਲਿਆ ਦੇਣਗੀਆਂ, ਪਰ ਇੱਕ ਹੱਦ ਤੱਕ ਐਸੇ ਕੰਟਰੀ ਦੇ ਵਿੱਚ ਇਹ ਰਿਹਾ ਕਿ ਜਦੋਂ ਸਦਨ ਚੱਲ ਰਹੇ ਹੁੰਦੇ ਨੇ, ਕੋਈ ਪ੍ਰਾਈਮ ਮਿਨਿਸਟਰ, ਕੋਈ ਚੀਫ ਮਿਨਿਸਟਰ, ਕੋਈ ਵੱਡਾ ਐਲਾਨ ਬਾਹਰ ਨਹੀਂ ਕਰ ਸਕਦਾ, ਉਹਨਾਂ ਨੂੰ ਸੁਣਨਾ ਪੈਂਦਾ MPs ਨੂੰ। ਤੁਸੀਂ ਹੁਣ ਦੇਖ ਲਓ ਪ੍ਰਧਾਨ ਮੰਤਰੀ ਕਿੰਨੇ ਦਿਨ ਬਹਿੰਦਾ, ਵਿਰੋਧੀ ਧਿਰ ਨੂੰ ਸੁਣਦਾ ਕਿ ਨਹੀਂ ਸੁਣਦਾ, ਚੀਫ ਮਿਨਿਸਟਰ ਬਹਿੰਦਾ, ਜਦੋਂ ਤੁਸੀਂ ਸੁਣਨਾ ਹੀ ਬੰਦ ਕਰ ਦਿਓਗੇ ਤਾਂ ਤੁਹਾਡੇ ਕੋਲ ਜੋ ਪਹਿਲਾਂ ਬਰੂਦ ਭਰਿਆ ਉਹੀ ਰਹੂਗਾ, ਦੂਜਾ ਤਾਂ ਆਉਣਾ ਹੀ ਨਹੀਂ, ਫਿਰ ਮੁੜ ਕੇ ਵਿਰੋਧੀ ਕੀ ਕਹਿ ਰਿਹਾ ਉਹਦਾ ਤਾਂ ਤੁਸੀਂ ਜਵਾਬ ਨਹੀਂ ਦੇਣਾ, ਤੁਸੀਂ ਜੋ ਸੋਚ ਕੇ ਆਏ ਹੋਏਗੇ ਉਹ ਬੋਲੋਗੇ ਬਸ, ਉਹਦਾ ਤਾਂ ਮਤਲਬ ਹੀ ਨਹੀਂ ਹੈ, ਸੰਵਾਦ ਖਤਮ ਹੈ।
ਇਸੇ ਕਰਕੇ ਸਭ ਤੋਂ ਬੜੀ ਰਿਸਪੋਂਸੀਬਿਲਟੀ ਇਹਨਾਂ ਦਿਨਾਂ ਦੇ ਵਿੱਚ ਜੇ ਲੜਾਈ ਲੜਨੀ ਹੈ ਕਾਰਪੋਰੇਟ ਨਾਲ, ਜੇ ਲੜਾਈ ਲੜਨੀ ਹੈ ਪਾਰਲੀਮੈਂਟ ਦੀ ਇਕੱਲੀ ਐਗਜੈਕਟਿਵ ਦੇ ਨਾਲ, ਇੰਸਟੀਟਿਊਸ਼ਨ 'ਚ ਖਤਮ ਕਰਤੀਆਂ ਨੇ, ਸੁਪਰੀਮ ਕੋਰਟ ਨੇ ਜਿਹੋ ਜਿਹਾ ਜੱਜਮੈਂਟ 370 'ਤੇ ਦਿੱਤੀਆਂ, ਡਿਫਰੈਂਟ ਦਿੱਤੀਆਂ ਸਾਡੇ ਸਾਹਮਣੇ ਨੇ, ਔਰ ਇਲੈਕਸ਼ਨ ਕਮਿਸ਼ਨ ਜਿਹੋ ਜਿਹਾ ਬਿਹੇਵ ਕਰ ਰਿਹਾ ਪਿਛਲੇ ਦਿਨਾਂ ਤੋਂ ਉਹ ਤੁਹਾਡੇ ਸਾਹਮਣੇ ਹੈ, ਤਾਂ ਇਹ ਡੈਮੋਕ੍ਰੇਸੀ ਦੀ ਲੜਾਈ ਹੈ ਨਵੇਂ ਸਿਰਿਓਂ ਮੇਰਾ ਖਿਆਲ ਹੈ, ਜਿਹੜੀ ਰੀਅਲ ਡੈਮੋਕ੍ਰੇਸੀ ਹੈ ਜਿਹਦੇ 'ਚ ਲੋਕਾਂ ਨੇ ਆਪਣੀ ਤਾਕਤ, ਮੈਨੂੰ ਲੱਗਦਾ ਭਾਰਤ ਵਰਗੇ ਦੇਸ਼ 'ਚ ਜਮਹੂਰੀਅਤ ਦੀ ਲੜਾਈ ਦੀ ਸ਼ੁਰੂਆਤ ਹੈ, ਇਹ ਜਾ ਨਹੀਂ ਰਹੀ ਸਾਡੇ 'ਤੇ ਕਿਤੋਂ, ਇਹ ਕਦੇ ਆਈ ਨਹੀਂ ਸੀ ਸਾਡੇ ਤਰੀਕੇ ਦੇ ਨਾਲ, ਅਸਲ 'ਚ ਸਾਨੂੰ ਆਪਣੇ ਤਰੀਕੇ ਦੇ ਨਾਲ ਜਮਹੂਰੀਅਤ ਦੇ ਵਿੱਚ ਇਨਵੋਲਵ ਹੋਣਾ, ਸ਼ਾਮਿਲ ਹੋਣਾ ਅਤੇ ਉਹਦੇ ਲਈ ਲੜਾਈ ਲੜਨਾ। ਜਦੋਂ ਲੜਾਈ ਲੜਦਾ ਬੰਦਾ ਉਦੋਂ ਜਾਗਰੂਕ ਹੁੰਦਾ, ਅਤੇ ਜਾਗਰੂਕ ਬੰਦਾ ਹੀ ਲੜਾਈ ਲੜਦਾ, ਜੇ ਮੈਂ ਇਹ ਵੀ ਕਹਾਂ ਦੋਨੇ ਚੀਜ਼ਾਂ ਆਪਸ ਦੇ ਵਿੱਚ ਨੇ, ਫਿਰ ਉਹ ਦੁਨੀਆਂ ਨੂੰ ਵੀ ਪੜ੍ਹਦਾ, ਫਿਰ ਉਹ ਆਲੇ ਦੁਆਲੇ ਵੀ ਦੇਖਦਾ, ਫਿਰ ਇੱਧਰ ਉੱਧਰਲਾ ਵੀ ਦੇਖਦਾ, ਜਦੋਂ ਉਹ ਦੇਖਣ ਲੱਗਦਾ ਚੀਜ਼ਾਂ ਤਾਂ ਉਹਨੂੰ ਇੱਕ ਉਹੋ ਜਿਹਾ ਇਨਸਾਨ ਬਣਾਉਂਦੀ ਹੈ ਜਿਹੜੇ ਇਨਸਾਨ ਇਤਿਹਾਸ ਦੇ ਵਿੱਚ ਰੋਲ ਪਲੇ ਕਰਦੇ ਨੇ ਜਾਂ ਉਸ ਲੈਵਲ 'ਤੇ ਗੱਲ ਕਰਦੇ ਨੇ। ਇਸੇ ਕਰਕੇ ਉਸੇ ਮਾਇੰਡਸੈਟ ਦਾ ਸਾਡੇ ਕੋਲ ਨਤੀਜਾ ਕਿ ਔਰਤਾਂ ਦੀ 33% ਰਿਜ਼ਰਵੇਸ਼ਨ ਸੀ, ਕਹਿੰਦੇ 29 ਤੋਂ ਕਰਾਂਗੇ ਪਾਰਲੀਮੈਂਟ 'ਤੇ, ਉੱਥੇ ਪੰਚਾਇਤੀ ਰਾਜ 'ਚ ਤਾਂ ਹੈਗੀ ਹੈ, ਲੋਕਲ ਬਾਡੀ 'ਚ ਤਾਂ ਹੈਗੀ ਹੈ, ਉੱਥੇ ਕਿੱਥੇ ਮਾਹੌਲ ਬਣਾਇਆ ਸੀ ਔਰਤਾਂ ਨੂੰ ਕੋਈ ਆਪਣੇ ਢੰਗ ਨਾਲ ਸਰਪੰਚੀ ਕਰਨ, ਪੰਚੀ ਕਰਨ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ, ਕਿਤੇ ਪ੍ਰੋਬਲਮ ਸਾਡੇ ਅੰਦਰ ਹੈ, ਅੰਦਰ ਵੀ ਹੈ, ਇਕੱਲੀ ਗੱਲ ਸਿਸਟਮ ਦੇ ਅੰਦਰ ਨਹੀਂ ਹੈ, ਆਪਣੇ ਅੰਦਰ ਝਾਤੀਏ। ਸਾਨੂੰ ਕੌਣ ਰੋਕਦਾ ਕਿ ਤੁਹਾਡੇ ਪਿੰਡ 'ਚ ਔਰਤ ਸਰਪੰਚੀ ਨਹੀਂ ਕਰ ਸਕਦੀ, ਕੋਈ ਕਹਿੰਦਾ ਉੱਪਰੋਂ, ਜਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ 'ਚ ਨਹੀਂ ਬਣ ਸਕਦੀ? ਇੱਥੇ ਤਾਂ ਹਾਲਾਤ ਇਹ ਜਿਹੇ ਨੇ, ਉਹ ਬੀਬੀ ਮਿਨਿਸਟਰ ਬਣ ਗਈ, ਉਹਦਾ ਘਰ ਵਾਲਾ ਆ ਕੇ ਮੇਨ ਕੁਰਸੀ 'ਤੇ ਬੈਠਣ ਲੱਗ ਗਿਆ, ਇੱਕ IAS ਨੇ ਉਹਨੂੰ ਤਾੜਿਆ ਵੀ ਤੂੰ ਕਿੱਥੇ ਬੈਠਾ, ਉਹ ਕਿਸੇ ਡਿਪਾਰਟਮੈਂਟ 'ਚ ਡਿਪਟੀ ਡਾਇਰੈਕਟਰ ਸੀਗਾ, ਕਿਉਂਕਿ ਉਹਦੀ ਚੇਅਰਮੈਨ ਦਾ ਸੀ, ਉਹਨੇ ਉਹਨੂੰ ਭਜਾਤਾ, ਕਹਿੰਦਾ ਤੂੰ ਇਹ ਕਮਰੇ 'ਚ ਨਹੀਂ ਆਇਆ ਕਰਨਾ, ਬੀਬੀ ਬਣ ਗਈ ਮੰਤਰੀ ਹੋ। ਹਾਲਤ ਸਾਡੇ ਅੰਦਰ ਵੀ ਇਹ ਹੈ, ਇਸ ਲਈ ਜਦੋਂ ਅਸੀਂ ਇਹੋ ਇਸ ਦਿਨ 'ਤੇ ਗੱਲ ਕਰਦੇ ਹਾਂ ਤਾਂ ਆਪਣੇ ਅੰਦਰ ਵੀ ਝਾਤੀ ਮਾਰਨੀ ਹੈ, ਸਾਡੇ 'ਚ ਜਿਹੜੀਆਂ ਕਮਜ਼ੋਰੀਆਂ ਨੇ, ਜਿਹੜੀ ਸਮਝ ਲੈਵਲ ਦੀਆਂ ਸਮੱਸਿਆਵਾਂ ਨੇ, ਔਰ ਜਾਗਰੂਕਤਾ ਤਾਂ ਹੀ ਆਏਗੀ, ਲੜਾਈ ਤਾਂ ਹੀ ਲੜੀ ਜਾ ਸਕੇਗੀ ਜੇਕਰ ਸਾਡੇ ਕੋਲ ਉਦੋਂ ਵੱਧ ਚੀਜ਼ਾਂ ਨੇ, ਅਤੇ ਅਸੀਂ ਆਪ ਪ੍ਰੈਕਟਿਸ ਦੇ ਵਿੱਚੋਂ ਵੀ ਉਹ ਚੀਜ਼ਾਂ ਨੂੰ ਦੇਖਾਂਗੇ, ਉਸ ਪਾਸੇ ਵੱਲ ਚੱਲਾਂਗੇ। ਔਰ ਇਸੇ ਕਰਕੇ ਇੱਕ ਗੱਲ ਇਹਦੇ ਨਾਲ ਦੀ ਨਾਲ ਹੋਰ ਜਿਹੜੀ ਹੈ, ਔਰ ਪਿੰਡਾਂ ਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਪਿੰਡਾਂ 'ਚ ਪਾਰਟੀਬਾਜ਼ੀ ਘਟੇ, ਪਿੰਡ ਸੋਥੇ ਦੇ ਤੌਰ 'ਤੇ ਬੈਠੇ ਬੈਠੂਗਾ ਕਿਵੇਂ, ਕੋਈ ਵੀ ਚੀਜ਼ ਹੈ ਜੇ ਉਹ ਇਕੱਠ ਕਰੂਗੀ, ਇਕੱਠ ਦਾ ਬੇਸਿਕ ਇੱਕ ਫੰਡਾ ਹੈ, ਉਹ ਹੈ ਇਨਸਾਫ, ਜਸਟਿਸ। ਜੇ ਇਨਸਾਫ ਉਸ ਇਕੱਠ ਦੇ ਵਿੱਚ ਹੁੰਦਾ ਦਿਖਾਈ ਨਾ ਦੇ ਤਾਂ ਉਹ ਭੀੜ ਹੁੰਦੀ ਹੈ, ਉਹ ਇਕੱਠ ਨਹੀਂ ਹੁੰਦਾ, ਉਹ ਸੰਗਤ ਨਹੀਂ ਹੁੰਦੀ। ਤਾਂ ਪੰਚਾਇਤੀ ਰਾਜ ਕਾਨੂੰਨ ਆਪੋ ਆਪਣੇ ਪਿੰਡਾਂ 'ਚ ਵੀ ਸੋਚਣਾ, ਜਿਹੜੇ ਨਵੇਂ ਬਣਨਗੇ ਜਾਂ ਜਿਹੜੇ ਨੇ ਪੁਰਾਣਿਆਂ ਨੇ ਨਹੀਂ ਕੀਤਾ ਅਤੇ ਹੁਣ ਕਰ ਲੈਣ, ਅਤੇ ਜੇ ਉਹ ਸਾਰੇ ਪਿੰਡ ਦੇ ਵਿੱਚ ਬੈਠਾ, ਜੇ 33% 1/3 ਹਿੱਸਾ ਸਾਮਲਾਟ ਦਲਿਤ ਨਹੀਂ ਦੇਣੀ ਹੈ ਬੋਲੀ, ਤਾਂ ਉਹਨੂੰ ਹੀ ਮਿਲਣੀ ਹੈ, ਇਹ ਕਾਨੂੰਨ ਵੀ ਕਹਿੰਦਾ, ਅਤੇ ਜਿਹੜਾ ਬੇਜ਼ਮੀਨ ਹੈ ਜਿਹਦੇ ਕੋਲ ਨਹੀਂ ਹੈ ਤਾਂ ਉਹਨੂੰ ਭਾਈਚਾਰੇ ਦੇ ਤੌਰ 'ਤੇ ਦੇਣ 'ਚ ਹਰਜ ਕਿਉਂ ਹੈ, ਸਾਨੂੰ ਕੀ ਪ੍ਰੋਬਲਮ ਹੈ, ਇਤਰਾਜ਼ ਕੀ ਹੈ? ਇਹ ਤਾਂ ਲੱਗੇ ਨਾ ਕਿ ਹਾਂ ਆ ਕੇ ਬੈਠਾ, ਮੇਰੀ ਇਸ 'ਚ ਇੱਜ਼ਤ ਹੈ ਕੋਈ, ਅਤੇ ਮੈਂ ਠੀਕ ਹੈ ਜੀ, ਕੋਈ ਗੱਲ ਨਹੀਂ ਹੋਈ। ਔਰਤਾਂ ਬਾਰੇ ਜੋ ਗਾਲੀ ਗਲੋਚ ਜੋ ਮੁਹਾਵਰਾ ਅਸੀਂ ਸਿਰਜਦੇ ਹਾਂ, ਜੇ ਉਸ ਇਕੱਠ 'ਚ ਉਹ ਬੰਦ ਹੋ ਜਾਵੇ ਬੈਠ ਕੇ ਇੱਜ਼ਤ ਨਾਲ ਬੈਠਣ, ਤਾਂ ਉਹ ਬੈਠਣ ਲੱਗਣਗੇ ਨਾ, ਤਾਂ ਆਊਗਾ ਕੋਈ, ਨਹੀਂ ਤਾਂ ਕਦੇ ਨਹੀਂ ਆਊਗਾ ਤੁਹਾਡੇ ਕੋਲ ਬੈਠਣ, ਅਗਲਾ ਦਿਹਾੜੀ ਕਿਉਂ ਖਰਾਬ ਕਰੂਗਾ ਅਤੇ ਬਾਕੀ ਦੀਆਂ ਚੀਜ਼ਾਂ ਕਿਉਂ ਖਰਾਬ ਕਰੂਗਾ। ਅਤੇ ਇਸੇ ਤਰੀਕੇ ਦੇ ਨਾਲ ਜਿੰਨੀਆਂ ਵੀ ਚੀਜ਼ਾਂ ਆ ਰਹੀਆਂ ਨੇ, ਚਾਹੇ ਉਹ ਸਕੀਮਾਂ ਦਾ ਪੈਸਾ, ਗੱਡੀਆਂ 'ਤੇ ਭਾਈ ਸਾਹਿਬ ਰਾਸ਼ਨ ਲਿਆਉਣਾ ਤਾਂ ਬੰਦ ਕਰਨਾ ਪਊਗਾ ਨਾ, ਅਤੇ ਘੱਟੋ ਘੱਟ ਜਿਹਦੇ ਕੋਲ ਜਿਹਦੀ ਲੋੜ ਹੈ, ਲੋੜਵੰਦ ਚਾਹੇ ਉਹ ਬੇਘਰਾ ਹੋਵੇ, ਲੋੜਵੰਦ ਉਹ ਚਾਹੇ ਆਟੇ ਦਾਲ ਦੀ ਗੱਲ, ਲੋੜਵੰਦ ਚਾਹੇ ਉਹ ਹੈ, ਜਦੋਂ ਸੰਗਤ ਬੈਠ ਕੇ ਸੋਚੂਗੀ ਤਾਂ ਉਹ ਇਨਸਾਫ ਕਰਨਾ ਸ਼ੁਰੂ ਕਰੂਗੀ, ਤਾਂ ਸਹੀ ਬੰਦਿਆਂ ਕੋਲ ਉਹ ਚੀਜ਼ਾਂ ਪਹੁੰਚਣਗੀਆਂ, ਤਾਂ ਇੱਕ ਇਨਸਾਫ ਦੀ ਗੱਲ ਤੁਰੂਗੀ, ਇੱਕ ਅੱਗੇ ਤੁਰੂਗੀ ਉਸ ਸਾਰੇ ਮਾਮਲੇ ਦੇ ਵਿੱਚ। ਔਰ ਜੇ ਉੱਥੇ ਸਾਰੇ ਬੰਦੇ ਖੜਨਗੇ, ਜੇਕਰ 100 ਦਿਨ ਹੈ, ਇਹ ਗੱਲ ਘੱਟੋ ਘੱਟ ਸਾਰੀਆਂ ਗ੍ਰਾਮ ਸਭਾ, ਬਾਕੀ ਉਹਨੂੰ ਤੁਸੀਂ ਮਨਰੇਗਾ ਕਰਤੀ ਜੀ ਚਾਲੂ, 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਹੈ, ਰੱਖਿਆ ਕਿੰਨਾ 25 ਦਿਨਾਂ ਦਾ ਪੈਸਾ ਰੱਖਿਆ, ਫਰੋਡ ਕਰ ਰਹੇ ਹੋ ਤੁਸੀਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੈਠ ਕੇ, ਵੱਖ ਵੱਖ ਮਾਮਲਿਆਂ ਦੇ ਵਿੱਚ ਬੈਠ ਕੇ, ਇਹ ਡਿਮਾਂਡ ਕਿੱਥੇ ਆ ਸਾਰੇ ਦੇਸ਼ ਦੇ ਵਿੱਚ ਸਾਰੀਆਂ ਜਥੇਬੰਦੀਆਂ ਬਾਕੀ ਚੀਜ਼ਾਂ, ਕਿ ਤਾਂ ਤੁਸੀਂ ਪਹਿਲਾਂ ਹੀ ਫਰੋਡ ਕੀਤਾ, ਕਿਉਂ ਨਹੀਂ ਇੰਨਾ ਬਜਟ ਰੱਖਿਆ ਜੀ ਜਿਹਦੇ ਨਾਲ ਘੱਟੋ ਘੱਟ ਇੰਨਿਆਂ ਨੂੰ ਇੰਨੇ ਕੁ ਤਾਂ ਪੈਸੇ ਮਿਲ ਜਾਣ, ਤੁਸੀਂ ਪਹਿਲਾਂ ਹੀ ਨਹੀਂ ਦਿਓਗੇ ਉਹ। ਇਹ ਸਭ ਤੋਂ ਬੜੇ ਕੁਐਸਚਨ ਜਿਹੜੇ ਤੋਂ ਮੋਟੇ ਜਿਹੀਆਂ ਗੱਲਾਂ ਨੇ, ਔਰ ਇਸੇ ਢੰਗ ਦੇ ਨਾਲ ਪਿੰਡਾਂ ਦਾ ਸਵਾਲ ਹੈ। 2023 ਦੀ ਪੰਜਾਬ ਦੇ ਫਾਈਨਾਂਸ ਕਮਿਸ਼ਨ ਦੀ ਰਿਪੋਰਟ ਹੈ, KR ਲਖਨਪਾਲ ਜਿਹੜਾ ਚੀਫ ਸੈਕਟਰੀ ਸੀ, ਉਹਦਾ ਚੇਅਰਮੈਨ ਸੀ, ਉਹਨੇ ਰਿਪੋਰਟ ਦਿੱਤੀ ਹੈ, ਪਿਛਲੇ 13 ਸਾਲਾਂ ਤੋਂ ਕਿਸੇ ਪਿੰਡ ਨੂੰ ਅਤੇ ਕਿਸੇ ਸ਼ਹਿਰ ਨੂੰ
ਪੰਜਾਬ ਦੇ ਸੂਬੇ ਦੇ ਬਜਟ 'ਚੋਂ ਇੱਕ ਰੁਪਈਆ ਨਹੀਂ ਗਿਆ, ਇੱਕ ਰੁਪਈਆ। ਅਤੇ ਉਹ ਕਹਿ ਰਹੇ ਵੀ ਹੁਣ ਤੋਂ 4% ਤਾਂ ਦੇ ਦਿਆ ਕਰੋ, ਅਸੀਂ ਮੰਗਦੇ ਹਾਂ ਕਿ ਪਿੰਡ ਨੂੰ 40% ਬਜਟ। ਅਤੇ ਉਹ ਜਿਹੜੀਆਂ ਚੀਜ਼ਾਂ ਨੇ, ਇਹ ਆਊਗਾ ਕਦੋਂ? ਜਦੋਂ ਉਹ ਜਿਹੜੇ ਨੁਮਾਇੰਦੇ ਤੁਹਾਡੇ ਪੰਚਾਇਤੀ ਰਾਜ ਦੇ ਚੁਣੇ ਗਏ ਬੰਦੇ ਨੇ, ਉਹ ਆਪਣੀ ਲੜਾਈ ਇਹ ਲੜਨ ਲਈ ਤਿਆਰ ਨਹੀਂ ਕਿ ਆਹ 30% ਮੇਰਾ ਸਾਮ ਲੜਦਾ ਲੈ ਜਾਂਦੇ ਹੋ, ਨਵਾਂ ਤਾਂ ਕੁਝ ਦਿੰਦੇ ਨਹੀਂ, ਅਤੇ ਬਾਕੀ ਖੜ ਕੇ ਜਦੋਂ ਉਹ ਕਈ ਵਾਰ ਉਹਦੇ 'ਚੋਂ ਲੁੱਟਦਾ ਅੱਗੇ, ਜਿਵੇਂ ਰਿਕਸ਼ੇ ਵਾਲੇ ਨਾਲ ਲੜਦੇ ਰਹੋ 2 ਰੁਪਈਏ ਪਿੱਛੇ, ਠੇਕੇ ਤੋਂ ਬੋਤਲ 500 ਦੀ ਲੈ ਲਓ, ਕੋਈ ਫਰਕ ਨਹੀਂ ਪੈਂਦਾ। ਇਹ ਉਹੋ ਜਿਹਾ ਕੰਮ ਹੁੰਦਾ ਕਿ ਮਨਰੇਗਾ ਵਾਲੇ ਦੀ ਦਿਹਾੜੀ 'ਚੋਂ ਕਰਪਸ਼ਨ ਕਰਦੇ ਰਹੋ, ਅਤੇ ਬਾਕੀ ਚਾਹੇ ਯਾਰਾਂ ਨਾਲ ਦੋਸਤਾਂ ਨਾਲ ਜੋ ਮਰਜ਼ੀ ਗੁਰਸਰਲੇ ਵੀ ਅਡਾਉਂਦੇ ਰਹੋ, ਜਾਂ ਤੁਹਾਡੇ ਹਲਕਾ ਇੰਚਾਰਜ ਸਾਹਿਬ ਦਾ ਹੁਕਮ ਵਜਾਉਂਦੇ ਰਹੋ, ਜਾਂ ਕਿਸੇ ਅਫਸਰ ਨਾਲ ਜਾਰੀ ਪਾਓ, ਇਹ ਜਹਿਨੀਅਤ ਬਦਲਣੀ ਪਏਗੀ। ਇਹ ਜਿੰਨਾ ਚਿਰ ਇਹ ਜਹਿਨੀਅਤ ਨਹੀਂ ਬਦਲਦੀ ਉਸ ਪੱਧਰ ਦੇ ਉੱਤੇ ਪਬਲਿਕ ਦੇ ਐਂਗਲ ਤੋਂ ਵੀ, ਉਨਾ ਚਿਰ ਵੀ ਇਹ ਦਿਨ ਮਨਾਉਣੇ, ਇਹਦੇ 'ਚ ਬੈਠਣਾ, ਇਕੱਲਾ ਰਸਮ ਨਿਭਾਉਣਾ, ਉਹਦਾ ਕੋਈ ਮਤਲਬ ਨਹੀਂ ਹੁੰਦਾ। ਉਸ ਪਾਸੇ ਵੱਲ ਵੀ ਚੱਲਣ ਦਾ ਸਵਾਲ ਹੈ, ਅਤੇ ਬਜਟ 'ਚੋਂ ਸ਼ੇਅਰ ਦਾ ਵੀ ਸਵਾਲ ਹੈ। ਕਿਉਂ ਗੌਰਮੈਂਟ ਆਫ ਇੰਡੀਆ ਦਾ ਬਜਟ ਹੋਵੇ ਅਤੇ ਇੱਥੇ ਜਿੰਨੀ ਪਾਪੂਲੇਸ਼ਨ ਹੈ ਉਹਦਾ ਹਿੱਸਾ ਨਾ ਮਿਲੇ ਪਿੰਡ ਨੂੰ? ਜੇ ਅੱਜ ਵੀ 70-69% ਪਾਪੂਲੇਸ਼ਨ ਦੇਸ਼ ਦੀ ਪਿੰਡਾਂ 'ਚ ਵੱਸਦੀ ਹੈ, ਤਾਂ ਬਜਟ 69% ਕਿਉਂ ਨਹੀਂ? ਕਿਉਂ 1.5% ਤੱਕ ਖੇਤੀ 'ਤੇ ਸਿਮਟ ਜਾਂਦਾ? ਕਿਉਂ ਬਾਕੀ ਦਾ ਇੱਥੇ ਸਿਮਟ ਜਾਂਦਾ ਅਤੇ ਉਹ ਜਾਏਗਾ ਕਿੱਧਰ? ਕਿਉਂ ਪਿੰਡ ਦੀ, ਅਸੀਂ ਇਹ ਕਹਿ ਰਹੇ ਹਾਂ ਕਿ ਟੋਟਲ ਆਮਦਨੀ ਜਿਹੜੀ ਐਗਰੀਕਲਚਰ 'ਚੋਂ ਉਹਦਾ 14% ਹਿੱਸਾ ਹੀ ਹੈ ਜੀ GDP ਦਾ। GDP ਲਾ ਲਈ, ਅਡਾਨੀ ਹੋਣੀ 2 ਲੱਖ ਕਰੋੜ ਬਣਾ, ਉਹਨੂੰ 4 ਲੱਖ ਕਰੋੜ ਉਹਨੂੰ ਐਵਰੇਜ ਕਰ ਦਿੰਦੇ ਹਾਂ ਅਸੀਂ, ਦੇਖੋ ਜੀ ਸਾਡਾ ਤਾਂ ਇਹ ਕੰਮ ਹੈ। ਉਹ ਬਰਾਬਰ ਦੇ ਬਜਟ ਦਾ ਹਿੱਸਾ, ਇਸੇ ਤਰ੍ਹਾਂ ਪਿੰਡ ਵੀ ਮੰਗਣਗੇ ਆਪਣੇ ਸੂਬੇ ਦੇ ਬਜਟ 'ਚੋਂ ਹਿੱਸਾ ਕਿ ਸਾਡਾ ਬਰਾਬਰ ਦਾ ਦਿਓ। ਕਿਉਂ ਸਰਪੰਚਾਂ ਨੂੰ ਇਕੱਲਾ ਇਸੇ ਲਈ ਰੱਖਿਆ ਕਿ ਲੋਕਾਂ ਦੀਆਂ ਗਾਲਾਂ ਖਾਣ ਅਤੇ ਕੰਮ ਨਾ ਹੋਵੇ, ਪੈਸੇ ਅਧਿਕਾਰੀ ਲੈਣ, ਜੇਲ੍ਹ ਸਰਪੰਚ ਜਾਵੇ? ਅਤੇ ਸਰਪੰਚਾਂ ਨੂੰ ਵੀ ਸੋਚਣਾ ਪਏਗਾ ਇਹ ਚੀਜ਼ਾਂ ਨੂੰ ਵੀ ਥੋੜ੍ਹਾ ਬਹੁਤ ਕਿਸ ਤਰੀਕੇ ਨਾਲ ਗੱਲ ਕੀਤੀ। ਮੈਂ ਪੰਚਾਇਤ ਯੂਨੀਅਨਾਂ ਦੇ ਵੀ 2-4 ਫੰਕਸ਼ਨਾਂ 'ਚ ਗਿਆ, ਉਹਨਾਂ 'ਚ ਜਿਹੜੀਆਂ ਮੰਗਾਂ ਸੀਗੀਆਂ, ਮੇਰਾ ਕੰਜਾਂ ਨਾਲ ਇਤਫਾਕ ਨਹੀਂ ਹੈ, ਕਈ ਵਾਰ ਮੈਂ ਬੋਲਦਾ ਵੀ ਉਸ ਲੈਵਲ 'ਤੇ, ਉਹ ਕਹਿੰਦੇ ਨੇ ਸਾਨੂੰ ਭੱਤਾ ਦਿਓ ਜੀ ਇੰਨਾ, ਜਿਵੇਂ MLA ਨੂੰ ਤਨਖਾਹ ਮਿਲਦੀ ਹੈ, ਬਾਕੀ ਨੂੰ ਆਹ ਦਿਓ ਜੀ ਬਾਕੀ ਦੀਆਂ ਚੀਜ਼ਾਂ। ਮੈਨੂੰ ਇਹ ਸਮਝ ਨਹੀਂ ਆਉਂਦੀ ਕਦੇ ਮਾਲਕ ਬਣਨ ਦੀ ਹੈਸੀਅਤ ਜਾਂ ਮਾਨਸਿਕਤਾ ਕਦੇ ਆਈ ਨਹੀਂ, ਤਾਂ ਅਸੀਂ ਨੌਕਰੀ ਪੇਸ਼ਾ ਹੀ ਰਹਿਣਾ? ਜਦੋਂ ਸਾਰੇ ਰਿਸੋਰਸਿਸ ਤੁਹਾਡੇ ਕੋਲ ਹੋਣ, ਤੁਸੀਂ ਭੱਤਾ ਕਿਉਂ ਮੰਗਦੇ ਹੋ? ਤੁਸੀਂ 40% ਬਜਟ ਕਿਉਂ ਨਹੀਂ ਮੰਗਦੇ? ਜਿਹੜਾ ਕਰਨਾਟਕਾ 23% ਤਾਂ ਕੇਰਲਾ ਵੀ ਦੇ ਰਿਹਾ, ਤੁਸੀਂ ਵੱਡੀਆਂ ਡਿਮਾਂਡ 'ਚ ਕਿਉਂ ਨਹੀਂ ਕਰਦੇ? ਕਿ ਤੁਸੀਂ ਆਪ ਓਨਰ ਆਉਂਦੇ, ਤੁਹਾਡੇ ਕੋਲ ਟਾਈਡ ਫੰਡ ਆਉਂਦੇ ਨੇ ਉੱਪਰੋਂ ਕਿ ਆਹ ਫੰਡ ਤੁਹਾਡੇ ਕੋਲ ਆ ਗਿਆ, ਐਸੇ ਕੰਮ 'ਤੇ ਲੱਗੂਗਾ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਭਾਈ ਕਿਹੜੇ ਕੰਮ 'ਤੇ ਲਾਉਣਾ? ਸਾਨੂੰ ਵੀ ਪਤਾ, ਸਾਡੇ ਪਿੰਡ ਬਾਰੇ ਅਸੀਂ ਜਾਣਦੇ ਹਾਂ, ਗ੍ਰਾਂਟ ਆਉਣੀ ਚਾਹੀਦੀ ਹੈ, ਗ੍ਰਾਮ ਸਭਾ ਲਾਊਗੀ ਜੋ ਉਹਦੇ 'ਚ ਪ੍ਰਾਇਓਰਟੀ 'ਚ ਫੈਸਲਾ ਕਰ ਲਿਆ। ਸਾਡੇ ਕੋਈ ਪਾਣੀ ਦੀ ਟੈਂਕੀ ਦੀ ਪਹਿਲਾਂ ਜ਼ਰੂਰਤ ਹੈ, ਸਕੂਲ ਦੇ ਕਮਰੇ ਢਹਿ ਰਹੇ ਨੇ ਉਹਦੀ ਜ਼ਰੂਰਤ ਹੈ, ਮਾਸਟਰ ਨਹੀਂ ਅਸੀਂ ਆਪਣੇ ਕੋਲੋਂ ਰੱਖਣਾ ਤਾਂ ਜ਼ਰੂਰਤ ਹੈ, ਅਸੀਂ ਕਿਹੜਾ ਕੰਮ ਕਰਨਾ ਉਹ ਚੰਡੀਗੜ੍ਹ ਅਤੇ ਦਿੱਲੀ ਵਾਲੇ ਨੂੰ ਥੋੜ੍ਹੀ ਪਤਾ, ਬੈਠ ਕੇ ਅਸੀਂ ਆਪ ਕਰ ਲਾਂਗੇ। ਇਸ ਲਈ ਜਿਹੜੀ ਡੈਮੋਕਰੇਟਾਈਜੇਸ਼ਨ ਵਾਲੀ ਗੱਲ ਹੈ ਨਾ, ਸਾਡਾ ਕੰਟਰੀ ਕਹਿੰਦਾ UNO ਦੇ ਵਿੱਚ 6ਵੀਂ ਕੁਰਸੀ ਮੇਰੀ ਡਾ ਦਿਓ ਜੀ ਪਰਮਾਨੈਂਟਲੀ, ਇਹ ਨਹੀਂ ਕਹਿੰਦਾ ਦੂਜਿਆਂ ਦੇ ਵੀ ਖਤਮ ਕਰ ਦਿਓ, ਪੰਜਾਂ ਦੀ ਡੈਮੋਕਰੇਸੀ ਲਿਆਓ, ਬਰਾਬਰ ਦਾ ਫੈਸਲਾ ਹੋ ਜਾਏਗਾ। ਔਰ ਜੇ ਮੈਨੂੰ ਲੱਗਦਾ ਉਹ ਵੀਟੋ ਪਾਵਰ ਨਾ ਹੁੰਦੀ, ਆ ਜੰਗ ਹਟ ਜਾਂਦੀ, ਸਾਰੇ ਦੇਸ਼ ਜਿਹੜੇ ਮਤੇ ਪੈ ਰਹੇ ਨੇ, ਮਤੇ ਤਾਂ ਮਜੋਰਟੀ ਤੰਗ ਹੋਏ ਪਏ ਨੇ ਕਿ ਪਓ। ਅਸੀਂ ਵੀ ਇਸੇ ਕਰਕੇ ਪੰਚਾਇਤੀ ਰਾਜ ਦੇ ਵਿੱਚ ਵੀ ਇਹ ਕਰੀਏ, ਆਪਣੀ ਕੁਰਸੀ ਮਜ਼ਬੂਤ ਕਰਨ ਦੀ ਬਜਾਏ, ਜਿਹੜਾ ਰੀਅਲ ਡੈਮੋਕਰੇਟਿਕ ਮਾਡਲ ਹੈ, ਜਿਹੜਾ ਸੰਗਤੀ ਕਰਨ ਦਾ ਸਵਾਲ ਹੈ, ਲੋਕਾਂ ਦੇ ਵਿੱਚ ਜਿਹੜਾ ਤਾਕਤ ਦਾ ਜਿਹੜਾ ਇੱਕ ਕੁਐਸਚਨ ਹੈ, ਜੇਕਰ ਉੱਧਰ ਨੂੰ ਸੋਚਾਂਗੇ ਤੁਰਾਂਗੇ, ਤਾਂ ਮੇਰੇ ਖਿਆਲ ਹੈ ਅਸੀਂ ਵੱਡੀ ਭੂਮਿਕਾ ਨਿਭਾ ਸਕਾਂਗੇ, ਆਪੋ ਆਪਣੇ ਪਿੰਡਾਂ ਤੋਂ, ਆਪੋ ਆਪਣੇ ਕਸਬਿਆਂ ਵਾਰਡਾਂ ਤੋਂ ਸ਼ੁਰੂ ਕਰਕੇ। ਹੁਣ ਆ ਪਾਰਲੀਮੈਂਟ ਦੀ ਚੋਣ ਆਉਣੀ ਹੈ, ਕਿਸੇ ਵੀ ਪਾਰਟੀ ਨੂੰ ਕੋਈ ਸਵਾਲ ਕਰ ਰਿਹਾ ਕਿ 73ਵੀਂ 74ਵੀਂ ਸੋਧ ਦਾ ਕੀ ਬਣਿਆ, ਤੁਸੀਂ ਸਾਡੇ ਅਧਿਕਾਰ ਕਿੱਧਰ ਗਏ ਨੇ, ਸਾਨੂੰ ਦਿੱਤੇ ਕਿਉਂ ਨੇ? ਇਹ ਏਜੰਡਾ ਤਾਂ ਘੱਟੋ ਘੱਟ ਭਾਈ ਸਾਹਿਬ ਬਣਨਾ ਚਾਹੀਦਾ, ਤੁਹਾਡੇ ਪੰਚਾਇਤੀ ਰਾਜ ਵਾਲੇ ਸਰਪੰਚਾਂ ਦਾ ਹੀ ਬਣਨਾ ਚਾਹੀਦਾ, ਜਿਹੜੇ ਅੱਗੇ ਲੜਨ ਨੂੰ ਚਾਹੁੰਦੇ ਨੇ ਉਹਨਾਂ ਦਾ ਵੀ ਬਣਨਾ ਚਾਹੀਦਾ, ਅਤੇ ਇੱਦੋਂ ਪਹਿਲਾਂ ਵਾਲੇ ਇਹ ਮੰਗ ਪੱਤਰ ਤਾਂ ਕਿਤੇ ਦਿਖਾਓ, ਇਹ ਮੰਗ ਪੱਤਰ ਜ਼ਰੂਰ ਲਿਆਓ, ਤਾਂ ਕਿ ਨੈਰੇਟਿਵ ਸਿਰਜਿਆ ਜਾਏ ਕਿ ਆਹ ਚੀਜ਼ਾਂ ਸੀ ਤਾਂ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਇੰਨੇ ਲੰਬੇ ਸਮੇਂ ਦੇ ਵਿੱਚ। ਅਤੇ ਦੂਸਰੀ ਗੱਲ ਦੇ ਵਿੱਚ ਇਹਦੇ ਨਾਲ ਦੀ ਨਾਲ ਜਿੰਨੇ ਬਾਕੀ ਲੋਕਾਂ ਦੇ ਡਿਮਾਂਡ ਚਾਰਟਰ ਨੇ, ਹੋਰ ਰੁਜ਼ਗਾਰ ਤੋਂ ਲੈ ਕੇ ਵੱਖ ਵੱਖ ਤਰੀਕਿਆਂ ਦੇ, ਜਿਹੜੇ ਪਿੰਡਾਂ ਦਾ ਪਾਣੀ ਖਤਮ ਹੋ ਰਿਹਾ, ਨੈਚੁਰਲ ਡਿਜ਼ਾਸਟਰ ਵੱਲ ਅਸੀਂ ਜਾ ਰਹੇ ਹਾਂ ਲਗਾਤਾਰ, ਕੁਦਰਤੀ ਮਤਲਬ ਜਿਹੜੀ ਕਰੋਪੀ, ਹਾਲਾਂਕਿ ਕੁਦਰਤ ਦੀ ਤਾਂ ਬਖਸ਼ਿਸ਼ ਇੰਨੀ ਜ਼ਿਆਦਾ ਦੁਨੀਆ 'ਚ ਕਿਤੇ ਨਹੀਂ ਸੀ ਇੰਨੀ ਜਿੰਨੀ ਸਾਡੇ ਕੋਲ ਸੀ, ਪਾਣੀ ਮਿੱਟੀ ਅਤੇ ਹਵਾ ਅਤੇ ਸਾਰਾ ਕੁਝ ਹੈ, ਬਰਬਾਦ ਅਸੀਂ ਰਲ ਮਿਲ ਕੇ ਕੀਤਾ, ਸਭ ਤੋਂ ਜ਼ਿਆਦਾ ਪੋਲੀਟੀਸ਼ੀਅਨ ਨੇ ਕੀਤਾ, ਦੂਜਾ ਬਿਊਰੋਕਰੇਟ ਹੈ ਅਤੇ ਤੀਜਾ ਇੰਟਲੈਕਚੁਅਲ ਹੈ। ਸਧਾਰਨ ਬੰਦੇ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਉਸ ਲੈਵਲ ਦੇ, ਉਹਨੂੰ ਮਾਫ ਵੀ ਕੀਤਾ ਜਾ ਸਕਦਾ ਉਨੇ ਸਮੇਂ ਵਾਸਤੇ ਕਿ ਉਹ ਤਾਂ
ਉਹਨੂੰ ਤਾਂ ਸਮਝ ਨਹੀਂ ਸੀ ਉਸ ਲੈਵਲ ਦੇ ਉੱਤੇ, ਤੁਹਾਡੀ ਪੋਲਿਸੀ ਮੇਕਿੰਗ ਉਸ ਪੱਧਰ ਦੇ ਉੱਤੇ ਲਿਜਾਂਦੀ ਹੈ। ਇਸ ਲਈ ਉਹ ਸਾਰੀ ਗੱਲ ਦੇ ਵਿੱਚੋਂ ਇੱਕ ਬਰਾਬਰੀ ਦਾ ਜਿਹੜਾ ਕੰਸੈਪਟ ਹੈ ਉੱਥੋਂ ਤੁਰਨਾ ਅਤੇ ਉਹਦੇ 'ਚੋਂ ਅੱਗੇ ਜੇਕਰ ਵਧਾਉਣਾ ਹੈ। ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਬੇਹੱਦ ਅੱਜ ਵੀ ਜੇਕਰ ਕੋਈ ਦਵਸ਼ ਹੈ, ਜੇਕਰ ਕੋਈ ਫਿਰ ਰਹੇ ਨੇ ਕਿਸਾਨ ਕਹਿੰਦੇ ਨੇ BJP ਨੂੰ ਕੁਐਸਚਨ ਕਰੋ, ਕੁਐਸਚਨ ਕਰ ਰਹੇ ਨੇ, ਪਰ ਇਹ ਜ਼ਰੂਰ ਹੈ ਇੱਕ ਤਰੀਕਾਕਾਰ ਥੋੜ੍ਹਾ ਜਿਹਾ ਬਦਲਣ ਦੀ ਲੋੜ ਹੈ, ਕਿਤੇ BJP ਫਾਇਦਾ ਹੀ ਨਾ ਲੈ ਜੇ ਇਹਦੇ 'ਚੋਂ ਸਾਰੇ 'ਚੋਂ, ਕਿਉਂਕਿ ਦੂਜੀਆਂ ਜਿਹੜੇ ਬੰਦੇ ਨੇ ਦੂਜੇ ਜਗ੍ਹਾ ਇੱਕ ਵਿਕਟਮ ਹੁੱਡ ਪਲੇ ਕਰੂਗੀ BJP, ਅਤੇ ਕਈਆਂ ਦੀ ਹਮਦਰਦੀ ਵੀ ਹੋ ਜਾਂਦੀ ਹੈ ਜਿਨ੍ਹਾਂ ਦੀ ਕਿਸਾਨਾਂ ਨਾਲ ਨਹੀਂ ਹੈ ਹਮਦਰਦੀ, ਅਤੇ ਵਿੱਚ ਵਿਚਾਲੇ ਬੈਠੇ ਨੇ, ਅਤੇ ਉਹ ਸਾਰੇ ਪਾਸੇ ਵੱਲ ਹਮਦਰਦੀ ਕ੍ਰੀਏਟ ਵੀ ਹੋ ਜਾਏਗੀ, ਕਈ ਵਾਰ ਤੁਹਾਡਾ ਐਕਸ਼ਨ ਇੱਧਰ ਵੀ ਹੋ ਜਾਂਦਾ। ਉਹਦੇ ਮੁਕਾਬਲੇ ਕਿਸਾਨ ਨੇ ਇਹ ਵੀ ਤਾਂ ਲਿਖਿਆ ਹੋਇਆ ਨਾਲ ਨਾ ਉੱਤੇ ਬੈਨਰ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਤਾਂ ਮਜ਼ਦੂਰਾਂ ਦਾ ਝੰਡਾ ਕਿੱਥੇ ਹੈ? ਪਿੰਡ 'ਚ ਸਟੇਜਾਂ ਲਾਓ ਸਾਂਝੀਆਂ, ਆਪੋ ਆਪਣੇ ਕੈਂਡੀਡੇਟਾਂ ਨੂੰ ਆਪਣੇ ਹਲਕੇ ਦਿਆਂ ਨੂੰ ਕਹੋ, ਕਿਸਾਨ ਜਥੇਬੰਦੀਆਂ ਬਹੁਤ ਵੱਡਾ ਰੋਲ ਪਲੇ ਕਰ ਸਕਦੀਆਂ ਨੇ ਇਹਦੇ 'ਚ, ਮਜ਼ਦੂਰ ਵੀ ਰੋਲ ਪਲੇ ਕਰ ਸਕਦੇ ਨੇ ਨਾਲ ਲੱਗ ਕੇ, ਅਤੇ ਬਾਕੀ ਲੋਕ ਵੀ ਜਿਹੜਾ ਇੰਟਲੈਕਚੁਅਲ ਵੀ ਨਾਲ ਹੋਵੇ, ਪੰਚਾਇਤਾਂ ਵੀ ਇਹਦੇ 'ਚ ਜਿਹੜੀਆਂ ਪੁਰਾਣੀਆਂ ਸੀ ਚਾਹੇ ਪੁਰਾਣੀਆਂ ਸੀ ਇਕੱਠੇ ਹੋ ਕੇ ਵੀ ਸਾਡੇ ਪਿੰਡ ਇੱਕੋ ਦਿਨ ਆ ਜਾਓ 4 ਜਣੇ ਭਾਈ ਜਿਹੜੇ ਵੀ, ਸਭ ਨੂੰ ਸਵਾਲ ਕਰ ਲਾਂਗੇ ਆਪੋ ਆਪਣੇ ਤਰੀਕੇ ਦੇ ਨਾਲ, ਜਿਹੜਾ ਸਵਾਲ ਜਿਹਦਾ ਜਿੰਨਾ ਬਿਲਕੁਲ ਸੱਤਾ ਦੇ ਨੂੰ ਜ਼ਿਆਦਾ ਕਰਨਾ ਪਊਗਾ, ਕਿਉਂਕਿ ਕੇਂਦਰੀ ਸੱਤਾ ਨੂੰ ਜ਼ਿਆਦਾ ਕਰਨਾ ਪਊ, ਲੜਾਈ ਉਹਦੇ ਨਾਲ ਜ਼ਿਆਦਾ, ਉਹਨੇ ਸੈਂਟਰਲਾਈਜ਼ ਬਾਕੀ ਸਾਰਾ ਕੁਛ ਕੀਤਾ, ਇਹਨੂੰ ਵੀ ਕਰਨਾ ਪਊ। ਜਿਹੜੇ ਇਹ ਬੈਠੇ ਨੇ 2 ਸਾਲ ਤੋਂ, ਤੁਸੀਂ ਜਿਹੜਾ ਆਚਰਨ ਸਿਰਜਿਆ ਸੀ ਉਹਦਾ ਕੀ ਬਣਾਤਾ ਹੁਣ ਤੱਕ ਕਰਕੇ, ਉਹਨੂੰ ਵੀ ਤਾਂ ਸਵਾਲ ਕਰਨਾ ਪਊ। ਫਿਰ ਜਿਹੜੇ ਦੂਜੇ ਰਹਿ ਗਏ, ਪਹਿਲਾਂ ਉਹ ਸੱਤਾ 'ਚ ਰਹੇ ਹੀ ਨੇ ਕਾਫੀ ਜ਼ਿਆਦਾ, ਉਹਨਾਂ ਦੀ ਹਾਲਤ ਇਸੇ ਕਰਕੇ ਬਣੀ ਸੀ ਕਿਉਂਕਿ ਲੋਕਾਂ ਨਾਲ ਨਹੀਂ ਹੈ ਉਹਨਾਂ ਦਾ ਸਹਿਚਾਰ, ਤਾਂ ਸਭ ਨੂੰ ਪੁੱਛਿਆ ਜਾਏ, ਪਲੇਟਫਾਰਮ ਕ੍ਰੀਏਟ ਕੀਤੇ ਜਾਣ, ਇੱਕ ਮੰਚ ਉਸ ਲੈਵਲ ਦੇ ਉੱਤੇ, ਜੇ ਜ਼ਿਆਦਾ ਨਹੀਂ ਕਰ ਸਕਦੇ ਤਾਂ ਇਲਾਕਾ ਵਾਈਜ਼ 10-10 ਪਿੰਡ ਇਕੱਠੇ ਹੋ ਕੇ ਉਹਨਾਂ ਕੈਂਡੀਡੇਟਾਂ ਨੂੰ ਬੁਲਾ ਕੇ ਦੇਖਣ, ਇੱਕ ਸਟੇਜ ਲਾ ਕੇ ਕਿ ਆਓ ਆ 10 ਪਿੰਡਾਂ 'ਚ ਆਓ ਸਾਡੇ ਕੋਲ, ਅਤੇ ਜੇ ਤੁਸੀਂ ਤੁਹਾਡੇ ਕੋਲ ਪਿੰਡ ਪਿੰਡ ਜਾਣਦੀ ਨਹੀਂ ਹੈ, ਜੇ ਕੋਈ ਆਵੇ ਨਾ ਆਵੇ, ਪਰ ਇਹ ਪ੍ਰੈਕਟਿਸ ਸਟਾਰਟ ਕਰਨੀ ਚਾਹੀਦੀ ਹੈ ਮੇਰੇ ਖਿਆਲ ਲੋਕਾਂ ਨੂੰ। ਅਸੀਂ ਤੁਹਾਨੂੰ ਸਵਾਲ ਵੀ ਕਰਾਂਗੇ, ਤੁਸੀਂ ਜਵਾਬ ਦਿਓ, ਤੁਹਾਡੀ ਮਾਨ ਇੱਜ਼ਤ ਤੁਹਾਡੇ ਖਿਲਾਫ, ਕੋਈ ਇਹੋ ਜਿਹੀ ਗੱਲ ਕਰੇ ਧੱਕਾ ਮੁੱਕੀ ਕਰੇ ਉਹਦੀ ਗਰੰਟੀ ਲੈਣੀ ਪਏਗੀ, ਕਿਉਂਕਿ ਇੱਕ ਵੈਲਿਊ ਸਿਸਟਮ ਹੁੰਦਾ ਕਿ ਅਸੀਂ ਉਹ ਨਹੀਂ ਕਰਨ ਦਿਆਂਗੇ, ਪਰ ਸਵਾਲ ਤੁਹਾਨੂੰ ਉਹਨਾਂ ਦੇ ਜਵਾਬ ਦੇਣੇ ਪੈਣਗੇ। ਜੇ ਅਸੀਂ ਉਹ ਪ੍ਰੋਸੈਸ ਕੁਝ ਜਗ੍ਹਾ 'ਤੇ ਵੀ ਕਾਮਯਾਬੀ ਨਾਲ ਕਰ ਜਾਈਏ ਤਾਂ ਇੱਕ ਰੋਲ ਹੋਏਗਾ ਡੈਮੋਕ੍ਰੇਸੀ ਦੇ ਵਿੱਚ, ਇੱਕ ਫਿਊਚਰ ਬਿਹਤਰ ਤਰੀਕੇ ਦੇ ਨਾਲ ਅੱਗੇ ਤੋਰਨ ਦਾ, ਔਰ ਉਸੇ ਤੋਂ ਹੀ ਗ੍ਰਾਮ ਸਭਾਵਾਂ ਦਾ ਇੱਕ ਵਜੂਦ ਨਿਕਲੇਗਾ, ਜਿਹੜੀਆਂ ਜਦੋਂ ਅਸੀਂ ਇਹ ਕਰਨ ਲੱਗ ਗਏ ਤਾਂ ਗ੍ਰਾਮ ਸਭਾ 'ਚ ਵੀ ਬੈਠਣ ਲੱਗ ਜਾਂਗੇ। ਇਸ ਲਈ ਇਹਨਾਂ ਚੀਜ਼ਾਂ ਨੂੰ ਸੋਚਣਾ ਅਤੇ 'ਤੇ ਅਮਲ ਕਰਨਾ, ਬਾਹਲੇ ਦਿਨ ਨਹੀਂ, ਹੁਣ 34-35 ਦਿਨ ਨੇ ਸਾਰੇ ਪੰਜਾਬ ਦੇ ਵਿੱਚ ਵੀ, ਪੰਜਾਬ 'ਚ ਇਹ ਪਾਰਟੀ ਸੀ, ਹੁਣ ਕੰਮ ਵੀ ਮੁੱਕ ਜਾਣਾ ਲੋਕਾਂ ਦਾ 5-4 ਦਿਨਾਂ ਦੇ ਵਿੱਚ, ਜਿਹੜਾ ਹਾੜੀ ਦਾ ਰਹਿੰਦਾ, ਅਤੇ ਅਗਲੇ 20-25 ਦਿਨ ਵੀ ਜੇ ਮੱਥ ਕੇ ਇਸ ਤਰੀਕੇ ਨੂੰ ਲਾ ਦੇਣ ਤਾਂ ਇੱਕ ਨੈਰੇਟਿਵ ਨਵਾਂ ਘੱਟੋ ਘੱਟ ਬਣ ਜਾਏ ਕਿ ਕਿਤੇ ਕੋਈ ਪਹਿਲਕਦਮੀ ਹੋ ਰਹੀ ਹੈ ਜਿਹੜੀ ਅਲੱਗ ਤਰ੍ਹਾਂ ਦੀ ਹੈ, ਜਿਹੜੀ ਰੀਅਲ ਡੈਮੋਕ੍ਰੇਸੀ ਦੇ ਵਿੱਚ ਗੁੱਟਬਾਜ਼ੀ ਨੂੰ ਛੱਡ ਕੇ ਲੋਕ ਆਪਣੇ ਪਹਿਲਕਦਮੀ ਕਰ ਰਹੇ ਨੇ ਅਤੇ ਆਪਣੇ ਤਰੀਕੇ ਨਾਲ ਸਵਾਲ ਕਰ ਰਹੇ ਨੇ। ਇਹ ਇੱਕ ਬਿਹਤਰ ਮੇਰਾ ਖਿਆਲ ਹੈ ਕੰਮ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।